ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈਗਾ ਆ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਸਰਦਾਰ ਗੁਰਵਿੰਦਰ ਸਿੰਘ ਉਹਨੇ ਸਾਂਝ ਬਣਾਉਂਦੇ ਹੈਗੇ ਆ ਤੇ ਖਬਰਾਂ ਦੇ ਉੱਤੇ ਚਰਚਾ ਕਰਦੇ ਹੈਗੇ ਨੇ ਅੱਜ ਦੁਬਾਰਾ ਫੇਰ ਇਸ ਪ੍ਰੋਗਰਾਮ ਦੇ ਜੁੜੇ ਹੈਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਤੁਹਾਡਾ ਧੰਨਵਾਦ ਭਾਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਹੋਰ ਕੀ ਹਾਲ ਚਾਲ ਨੇ ਕੀ ਮੀਟਿੰਗ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਠੰਡ ਜਿਹੜੀ ਹੈਗੀ ਆ ਆਸਟ੍ਰ ਅੱਜ ਕਾਫੀ ਜਿਹੜਾ ਹੈਗਾ ਆ ਸੋਨ ਚੜ੍ਹਦਾ ਜਾ ਰਿਹਾ ਹੈਗਾ ਹਾਂਜੀ ਜਿੱਦਾਂ ਜਿੱਦਾਂ ਮੇਲਾਦਾ ਜੂਨ ਨੇੜੇ ਆ ਰਿਹਾ ਹੈ ਤਾਂ ਜਿਹੜੀ ਠੰਡ ਵੱਧਦੀ ਜਾ ਰਹੀ ਹੈ ਭਾਰਤ ਵਿੱਚ 40 ਡਿਗਰੀ ਟੱਚਉਣ ਵਾਲਾ ਹਾਂਜੀ ਬਟ ਆਪਣੇ ਚਲੋ ਸਾਡੇ ਤੇ ਇੰਨੀ ਨਹੀਂ ਪੈਂਦੀ ਕਿ ਮਾਈਨਸ ਤੇ ਜਾਵੇ ਬਟ ਫਿਰ ਵੀ ਇੰਨੀ ਪੈਂਦੀ ਹੈ ਕਿ ਚੰਗੀ ਚੰਗੀ ਠੰਡ ਲੱਗੇ ਪਰ ਜੇ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਆਰਲੈਂਡ ਦੇ ਵਿੱਚ ਬਰਫਬਾਰੀ ਜਿਹੜੀ ਹੈਗੀ ਆ ਹੋ ਰਹੀ ਹੈਗੀ ਆ ਲੋਕ ਨਜ਼ਾਰੇ ਲੈ ਰਹੇ ਹੈਗੇ ਉਹਦਾ ਵੀ ਹਾਂ ਤੇ ਅੱਗੇ ਖਬਰਾਂ ਦੇ ਉੱਤੇ ਚੱਲੀਏ ਤਾਂ ਕੱਲ ਇੱਕ ਵੱਡੀ ਘਟਨਾ ਜਿਹੜੀ ਹੈਗੀ ਉਹ ਵਾਪਰੀ ਹੈਗੀ ਆ ਦੁਨੀਆ ਭਰ ਦੇ ਵਿੱਚ ਸਿੰਗਾਪੁਰ 에ਅਰਲਾਈਨ ਇੱਕ ਸੇਫਸਟ ਅਤੇ ਵਧੀਆ ਜਿਹੜੀ 에ਅਰਲਾਈਨ ਦੇ ਤੌਰ ਤੇ ਉੱਤੇ ਜਾਣੀ ਜਾਂਦੀ ਹੈਗੀ ਆ ਕੱਲ ਸਿੰਗਾਪੁਰ 에ਅਰਲਾਈਨ ਦਾ ਲੰਡਨ ਤੋਂ ਸਿੰਗਾਪੁਰ ਆ ਰਹੇ ਫਲਾਈਟ ਦੇ ਵਿੱਚ ਕੁਝ ਗੜਬੜ ਹੋਣ ਦੇ ਕਾਰਨ ਤਹਿਲਕਾ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਮਚਿਆ ਹੈਗਾ ਆ ਕਾਫੀ ਜਿਹੜੇ ਜ਼ਖਮੀ ਹੋਏ ਨੇ ਅਤੇ ਇੱਕ ਮੌਤ ਦੀ ਖਬਰ ਵੀ ਆਈ ਹੈਗੀ ਆ ਕੰਨਾਂ ਨੇ ਖਬਰ ਹੈ ਕਿ ਕੀ ਕਾਰਨ ਬਣਿਆ ਹੈਗਾ ਕਿਦਾਂ ਕਿਦਾਂ ਇਹ ਘਟਨਾ ਵਾਪਰੀ ਹੈਗੀ ਆ ਤੇ ਆਸਟ੍ਰੇਲੀਆ ਦੇ ਕਿੰਨੇ ਕੁ ਲੋਕ ਇਹਦੇ ਵਿੱਚ ਜਿਹੜੇ ਹੈਗੇ ਸ਼ਾਮਿਲ ਸੀ ਭਾਜੀ ਬੋਇੰਗ 777 ਜਾਜ ਸੀਗਾ ਸਿੰਗਾਪੁਰ 에ਰਲਾਈਨ ਦਾ ਜਿਵੇਂ ਤੁਸੀਂ ਦੱਸਿਆ ਕਿ ਸਿੰਗਾਪੁਰ 에ਰਲਾਈਨ ਵਧੀਆ ਸਟੈਂਡਰਡ ਦੀ 에ਰਲਾਈਨ ਮੰਨੀ ਜਾਂਦੀ ਆ ਹਨਾ ਕਿ ਬੰਦੇ ਕਹਿੰਦੇ ਵੀ ਵਧੀਆ ਸਰਵਿਸ ਹੁੰਦੀ ਆ ਸੇਫ ਜਹਾਜ਼ ਮੰਨੇ ਜਾਂਦੇ ਨੇ ਹੁਣ ਅੱਜਕੱਲ੍ਹ ਪਿਛਲੇ ਕੁਝ ਸਮੇਂ ਤੋਂ ਬਜਟ 에ਅਰਲਾਈਨਸ ਬਹੁਤ ਪੌਪੂਲਰ ਹੋਈਆਂ ਨੇ ਜਿਦਾ ਸਿੰਗਾਪੁਰ ਦੀ ਹੀ ਹੈਗੀ ਸਕੂਟ 에ਅਰਲਾਈਨ ਹੈ ਹੁਣ ਆਪਾਂ ਇਹ ਤੋਂ ਆਸਟ੍ਰੇਲੀਆ ਤੋਂ ਜਾਂਦੀ ਹੈ ਪੰਜਾਬ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਜਿਹੜੀ ਸਕੂਟ 에ਅਰਲਾਈਨ ਜਾਂਦੀ ਹੈ ਤਾਂ ਕਾਫੀ ਉਹਨੂੰ ਚਲੋ ਆਪਾਂ ਕਹਿੰਦੇ ਆ ਕਿ ਵੀ ਸਕੂਟ ਦੇ ਵਿੱਚ ਜਾਓ ਬਟ ਸਾਡੇ ਵੀ ਕਈ ਬੰਦੇ ਕਹਿੰਦੇ ਜੀ ਕਿ ਵੀ ਸਕੂਟ ਦੇ ਜਹਾਜ਼ ਛੋਟੇ ਨੇ ਜਾਂ ਨਹੀਂ ਕੰਫਰਟੇਬਲ ਨਹੀਂ ਆ ਤਾਂ ਅਸੀਂ ਪਰ ਪ੍ਰਾਈਸ ਵੀ ਛੋਟਾ ਆ ਹਾਂ ਪ੍ਰਾਈਸ ਛੋਟਾ ਆ ਤਾਂ ਉਹ ਬਹਾਨਾ ਲਾਦੇ ਵੀ ਆ ਸਾਰੇ ਰੀਜਨਸ ਦੱਸਦੇ ਨੇ ਕਿ ਵੀ ਜਿਹੜੀ ਅਸੀਂ ਸਿੰਗਾਪੁਰ ਚ ਜਾਵਾਂਗੇ ਜਿਆਦਾ ਪ੍ਰਾਈਸ ਤਕਰੀਬਨ ਉਹਦੇ ਨਾਲੋਂ ਡਬਲ ਹੁੰਦਾ ਆ ਜਾਂ ਹੋਰ ਲੈਂਜ ਜਾਵਾਂਗੇ ਤਾਂ ਬਟ ਦੇਖੋ ਜਿਹੜੀ ਲੰਡਨ ਤੋਂ ਜੰਨੀਆਂ ਵੀ ਹੀਥਰੋ ਤੋਂ ਜਾਂਦੀਆਂ ਨੇ ਫਲਾਈਟ ਸਿੰਗਾਪੁਰ ਉਹ ਵੈਸੇ ਵੀ ਵਧੀਆ ਫਲਾਈਟ ਮੰਨੀਆਂ ਜਾਂਦੀਆਂ ਨੇ ਹਨਾ ਕਿ ਸੇਫਿਸਟ ਉਨੇ ਲੰਡਨ ਤੋਂ ਹੀਥਰੋ ਤੋਂ ਸਿੰਗਾਪੁਰ ਜਾ ਰਹੀ ਸੀਗੀ ਫਲਾਈਟ ਹਾਂ ਹਾਂ ਤਾਂ ਅੱਧੇ ਰਾਹ ਦੇ ਵਿੱਚ ਜਾ ਕੇ ਇਹ ਇੱਕਦਮ ਤੋਂ ਜਿਹੜੀ ਫਲਾਈਟ ਆ ਭਾਜੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕੀ ਹੋਇਆ ਕਿਉਂਕਿ ਜਦੋਂ ਅਸੀਂ ਤਸਵੀਰਾਂ ਦੇਖੀਆਂ ਨਾ ਕਿ ਸੌਰੀ ਫਲਾਈਟ ਦੇ ਵਿੱਚ ਤਹਿਸਨੈ ਹੋਇਆ ਪਿਆ ਸਮਾਨ ਖਿਲ ਰਿਹਾ ਪਿਆ ਕਈ ਲੋਕਾਂ ਦੇ ਖੂਨ ਨਿਕਲ ਰਿਹਾ ਆ ਹਰ ਪਾਸੇ ਖਲਾਰਾ ਪਿਆ ਖਾਸ ਤੌਰ ਤੇ ਜਿਹੜਾ ਫੂਡ ਆ ਉਹ ਖਿਲ ਰਿਹਾ ਪਿਆ ਸਾਰੇ ਪਾਸੇ ਹੁਣ ਫਲਾਈਟ ਚੱਲਦੀ ਚੱਲਦੀ 2000 ਮੀਟਰ ਸਿੱਧੀ ਹਾਦਸੇ ਵਿੱਚ ਥੱਲੇ ਨੂੰ ਡਿੱਗ ਗਈ। ਜਿਹਨੂੰ ਕਹਿੰਦੇ ਅਚਾਨਕ ਏਅਰ ਦੇ ਵਿੱਚ ਫਲਾਈਟ 3 ਮਿੰਟ ਦੇ ਵਿੱਚ ਬਾਜੀ। ਯਾਨੀ ਕਿ 2000 ਮੀਟਰ 3 3.5 ਮਿੰਟ ਦੇ ਵਿੱਚ ਹੀ ਫਲਾਈਟ ਜਿਹੜੀ ਥੱਲੇ ਨੂੰ ਡਿੱਗ ਗਈ। ਹੂੰ ਉਹਦੇ ਨਾਲ ਕੀ ਹੋਇਆ ਕਿ ਤੁਸੀਂ ਮੰਨ ਲਓ ਜਹਾਜ਼ ਵਿੱਚ ਬੈਠੇ ਹੋ। ਯਾਤਰੀ ਉਹ ਸੁਜੈਸਟ ਕਰਦੇ ਹੈ ਕਿ ਸਾਰੇ ਆਪਣੀ ਸੀਟ ਬੈਲਟਾਂ ਜਿਹੜੀਆਂ ਲਾ ਕੇ ਰੱਖਣ। ਬਟ ਹੁਣ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਕਿੰਨੇ ਕ ਜਾਣੇ ਜਿਹੜੇ ਆ ਉਹ ਸੀਟ ਬੈਲਟ ਲਾ ਕੇ ਰੱਖਦੇ ਨੇ ਨਾਰਮਲੀ ਜਦੋਂ ਸਾਈਨ ਜੱਗਦਾ ਸੀਟ ਬੈਲਟ ਦਾ ਅਸੀਂ ਉਦੋਂ ਹੀ ਸੀਟ ਬੈਲਟ ਲਾਉਣੇ ਆ ਮжоਰਿਟੀ ਆਫ ਲੋਕ ਕਈ ਫਿਰ ਵੀ ਚਲੋ ਲਾ ਕੇ ਰੱਖਦੇ ਆ ਹਨਾ ਕਿ ਸੇਫਟੀ ਕਰਕੇ ਬਟ ਉਹ ਸੁਜੈਸ਼ਨ ਇਹੀ ਦਿੰਦੇ ਆ ਕਿ ਤੁਸੀਂ ਸੀਟ ਬੈਲਟ ਹਮੇਸ਼ਾ ਲਾ ਕੇ ਰੱਖੋ ਜਦੋਂ ਵੀ ਬੈਠੇ ਆ ਹੁਣ ਇਸ ਸਮੇਂ ਬ੍ਰੇਕਫਾਸਟ ਵਿਸਰਵ ਕੀਤਾ ਜਾ ਰਿਹਾ ਸੀਗਾ ਜਦੋਂ ਇਹ ਘਟਨਾ ਵਾਪਰੀ ਆ ਜਾਂਚ ਇੱਕਦਮ ਤੋਂ ਐ ਪ੍ਰੈਸ਼ਰ ਨਾਲ ਥੱਲੇ ਡਿੱਗਿਆ ਜਿਹਦੇ ਨਾਲ ਕੀ ਹੋਇਆ ਜਹਾਜ਼ ਵਿੱਚ ਪ੍ਰੈਸ਼ਰ ਬਣ ਗਿਆ ਤੇ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਾਈ ਸੀਗੀ ਉਹ ਸਿੱਧਾ ਹੀ ਉੱਡ ਕੇ ਹਵਾ ਦੇ ਵਿੱਚ ਜਾ ਕੇ ਜਹਾਜ਼ ਦੀ ਛੱਤ ਨੂੰ ਟੱਚ ਕੀਤਾ ਹੁਣ ਤੁਸੀਂ ਏਕੋਲੋਜੀਕਲ ਲੋਕਾਂ ਦਾ ਤਾਂ ਹੀ ਤੁਸੀਂ ਦੇਖਿਆ ਹੋਣਾ ਕਿ ਜਦ ਜਦ ਆਪਾਂ ਟਰੈਵਲ ਕਰਦੇ ਹਾਂ ਕਦੀ ਵੀ ਨਾ ਲੂਜ਼ ਸਮਾਨ ਨਹੀਂ ਉਹ ਛੱਡਦੇ ਕਿ ਜਾਂ ਤਾਂ ਉਹਨੂੰ ਤੁਸੀਂ ਸੀਟ ਦੇ ਥੱਲੇ ਟੱਕ ਕਰੋ ਕੋਈ ਲੂਜ਼ ਨਹੀਂ ਛੱਡਣਾ ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰੇ ਜਿਆਦਾ ਨੁਕਸਾਨ ਲੂਜ਼ ਕਰਕੇ ਹੁੰਦਾ ਜੇ ਮੰਨ ਲਓ ਤੁਹਾਡੇ ਸੀਟ ਬੈਲਟ ਲਾਈ ਆ ਇਸੇ ਮਾਰ ਵਾਲਾ ਕਨਸੈਪਟ ਹੀ ਆ ਜੇ ਸੀਟ ਬੈਲਟ ਲਾਈ ਹੈ ਕੋਈ ਚੀਜ਼ ਲੂਜ਼ ਨਹੀਂ ਹੈਗੀ ਤਾਂ ਕੋਈ ਇਦਾਂ ਦੀ ਘਟਨਾ ਵਾਪਰੀ ਤੁਸੀਂ ਠੀਕ ਹੈ ਤੁਹਾਡੇ ਮਾੜੀ ਮੋਟੀ ਇਨਜਰੀ ਹੋਊਗੀ ਬਟ ਤੁਸੀਂ ਉੱਪਰ ਥੱਲੇ ਨਹੀਂ ਹੋ ਪਰ ਤੁਸੀਂ ਸੇਫ ਹੋ ਕਿਉਂਕਿ ਤੁਸੀਂ ਆਪਣੀ ਸੀਟ ਬੈਲਟ ਦੇ ਵਿੱਚ ਹੀ ਹੋ ਬਟ ਜੇ ਤੁਸੀਂ ਬੈਲਟ ਨਹੀਂ ਲਾਈ ਤੁਸੀਂ ਜਾ ਕੇ ਕਿਸੇ ਵਿੱਚ ਵੱਜਦੇ ਹੋ ਤੁਹਾਡਾ ਬੜੀ ਜ਼ੋਰ ਦੀ ਤੁਸੀਂ ਇੱਕ ਪਾਸੇ ਤੋਂ ਦੂਜੇ ਪਾਸੇ ਜਾਣੇ ਜਦ ਨਾਲ ਤੁਹਾਡਾ ਨੁਕਸਾਨ ਹੁੰਦਾ ਸਰੀਰ ਦਾ ਤਾਂ ਕਹਿੰਦੇ ਕਿ ਵੀ ਬੰਦੇ ਦੀ ਜਿਹੜੀ ਹੈ ਮੇਜਰ ਇਨਜਰੀ ਜਿਹੜੀ ਹੋ ਸਕਦੀ ਆ ਔਰ ਹੋਈਆਂ ਵੀ ਨੇ ਤਾਂ ਤਕਰੀਬਨ ਔਰ ਇਹਦੇ ਨਾਲ ਉਹਨਾਂ ਦੇ ਵੀ ਨੁਕਸਾਨ ਹੁੰਦਾ ਜਿਹੜੇ ਸੀਲਡ ਬੈਟ ਲਾਈ ਹੋਈ ਹੈ ਕਿਉਂਕਿ ਉਹਨਾਂ ਵਿੱਚ ਆ ਕੇ ਕੋਈ ਚੀਜ਼ ਵੱਜਦੀਆਂ ਜਾਂ ਕੋਈ ਬੰਦਾ ਜਿਹੜਾ ਡਿਗ ਰਿਹਾ ਉਹ ਆ ਕੇ ਵੱਜਦਾ ਤਾਂ ਡੈਫੀਨਿਟਲੀ ਜਿਹੜਾ ਨੁਕਸਾਨ ਉਹ ਹੁੰਦਾ ਹੁਣ ਇੱਥੇ ਵੀ ਇਹੀ ਹੋਇਆ ਕਿ ਜਿਨ੍ਹਾਂ ਨੇ ਸੀਲਡ ਬੈਟ ਨਹੀਂ ਲਾਈ ਸੀਗੀ ਉਹ ਤਾਂ ਆਬਵੀਅਸਲੀ ਕਹਿੰਦੇ ਕਿ ਵੀ ਜਾਜ ਦੇ ਦੂਜੇ ਕੋਨੇ ਤੱਕ ਵੀ ਚਲੇ ਗਏ ਛੱਤਾਂ ਨੂੰ ਵੱਜੇ ਡਿਗੇ ਤਾਂ ਪਲੱਸ ਜਿਹੜਾ ਫੂਡ ਸਰਵ ਕੀਤਾ ਜਾ ਰਿਹਾ ਸੀ ਟ੍ਰੇਸ ਸੀਗੀਆਂ ਉਹ ਬਿਲਕੁਲ ਡੇਂਜਰਸ ਸੀਗੀਆਂ ਉਹ ਵੀ ਵੱਜੀਆਂ ਉਹ ਵੀ ਡਿਗਿਆ ਸਮਾਨ ਹਰ ਪਾਸੇ ਟੈਨਸਨਸ ਹੋ ਗਈ ਤੇ तकरीबन 211 ਪੈਸੇਂਜਰ ਸੀਗੇ ਉਹਦੇ ਵਿੱਚ ਜਹਾਜ਼ ਦੇ ਵਿੱਚ ਜਿਹਦੇ ਵਿੱਚ तकरीबन 56 ਆਸਟ੍ਰੇਲੀਅਨਸ ਜਿਹੜੇ ਸੀਗੇ ਉਹ ਸਫਰ ਕਰ ਰਹੇ ਸੀਗੇ 18 ਜਿਹੜਾ ਕਰੂ ਮੈਂਬਰਸ ਸੀਗਾ ਉਹਦੇ ਵਿੱਚ ਤਾਂ ਉਹਨਾਂ ਦੇ ਵੀ ਸੱਟਾਂ ਵੱਜੀ ਕਿਉਂਕਿ ਕਰੂ ਮੈਂਬਰ ਜਿਹੜੇ ਸੀਗੇ ਉਹ ਬ੍ਰੇਕਫਾਸਟ ਸਰਵ ਕਰ ਰਹੇ ਸੀਗੇ ਤਾਂ ਜਿਹਦੇ ਵਿੱਚ ਇੱਕ 73 ਸਾਲ ਬੰਦੇ ਦੀ ਮੌਤ ਹੋ ਗਈ ਹੈ ਮੌਤ ਹੋ ਗਈ ਹੈ ਲੰਡਨ ਤੋਂ ਹਾਂਜੀ ਤੋਂ ਕਹਿ ਰਹੇ ਕਿ ਚਲੋ ਕੀ ਹਾਰਟ ਅਟੈਕ ਉਹਦਾ ਇੱਕ ਰੀਜ਼ਨ ਬਣਿਆ ਬਟ ਸ਼ੌਕ ਦੇ ਵਿੱਚ ਚਲੋ ਕਈ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਨਾਲੋ ਦੀ ਵਾਈਫ ਵੀ ਜਿਹੜੀ ਆ ਉਹ ਵੀ ਇੰਜਰਡ ਆ ਤਕਰੀਬਨ 71 ਦੇ ਕਰੀਬ ਲੋਕ ਜਿਹੜੇ ਨੇ ਉਹ ਇੰਜਰਡ ਹੋਏ ਨੇ ਤਾਂ ਫਲਾਈਟ ਨੂੰ ਐਮਰਜੈਂਸੀ ਦੇ ਤੌਰ ਤੇ ਬੈਂਕ ਕੋ ਉਤਾਰਨਾ ਪਿਆ ਹਮ ਯਾਨੀ ਕਿ ਬੜਾ ਦੂਰ ਨਹੀਂ ਸੀ ਸਿੰਗਾਪੁਰ ਤੋਂ ਜਦੋਂ ਇਹ ਘਟਨਾ ਵਾਪਰੀ ਤਾਂ ਕੁਝ ਜਿਹੜੇ ਮੈਂ ਟੇਕਅਵੇ ਜਿਹੜੇ ਦੇਖੇ ਕਿ ਸੀ ਡਿਪਾਰਟਮੈਂਟ ਦਾ ਇਤ ਵਿੱਚ ਬਹੁਤ ਐਮਰੋਲ ਹੈ ਬਟ ਉਹਨੂੰ ਕੱਲੋ ਹੀ ਹੈ ਕਿ ਤੁਸੀਂ ਤਾਂ ਲਾ ਲੋਗੇ ਬਟ ਕੋਈ ਹੋਰ ਨਹੀਂ ਲਾਊਗਾ ਤਾਂ ਉਹ ਆ ਕੇ ਤੁਹਾਡੇ ਵਿੱਚ ਪਰ ਮੈਂ ਕਈ ਵਾਰੀ ਇਦਾਂ ਹੁੰਦਾ ਨਾ ਕਿ ਘਟਨਾਵਾਂ ਵਾਪਰਦੀਆਂ ਹੈਗੀਆਂ ਤਾਂ ਲੋਕ ਜਾਗਰੂਕ ਵੀ ਹੁੰਦੇ ਹੈਗੇ ਆ ਹੁਣ ਜਿਹੜੇ ਲੋਕ ਹੈਗੇ ਆ ਉਹ ਇਹਦੇ ਵਿੱਚ ਜਾਗਰੂਕ ਹੋਣਗੇ ਜੇ ਇਹਦੇ ਵਿੱਚ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦੇ 23 ਵਿਅਕਤੀ ਜਿਹੜੇ ਹੈਗੇ ਆ ਇਸ ਫਲਾਈਟ ਦੇ ਵਿੱਚ ਟਰੈਵਲ ਕਰ ਰਹੇ ਸੀਗੇ 23 ਲੋਕ ਜਿਹੜੇ ਹੈਗੇ ਆ ਨਿਊਜ਼ੀਲੈਂਡ ਨਾਲ ਸੰਬੰਧਿਤ ਕੀ ਵੀ ਲੋਕ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਸੀਰੀਅਸ ਇੰਜਰਡ ਹੋਇਆ ਹੈਗਾ ਆ ਉਹਦੇ 31 ਟਾਂਕੇ ਜਿਹੜੇ ਹੈਗੇ ਆ ਉਹ ਲੱਗੇ ਹੈ ਕਿ ਆ ਤੇ ਉਹਨੂੰ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਰੱਖਿਆ ਗਿਆ ਉਹਦੀ ਫੈਮਿਲੀ ਜਿਹੜੀ ਹੈਗੀ ਆ ਪੂਰੀ ਉਸ ਸਮੇਂ ਟਰੈਵਲ ਕਰ ਰਹੀ ਸੀਗੀ ਤੇ ਨਿਊਜ਼ੀਲੈਂਡ ਸਰਕਾਰ ਵੀ ਆਪਣੇ ਯਾਤਰੀਆਂ ਦੇ ਨਾਲ ਸੰਪਰਕ ਦੇ ਵਿੱਚ ਹੈਗੀ ਆ ਤੇ ਉਹ ਵੀ ਇਹਦੇ ਉੱਤੇ ਨਿਗਾ ਰੱਖੀ ਹੋਈ ਆ ਪੈਸੇ ਹੁਣ ਚਲੋ ਸਾਰੇ ਸੇਫ ਹੈਗੇ ਨੇ ਪਰ ਫੇਰ ਵੀ ਜਿਹੜਾ ਹੈਗਾ ਇੱਕ ਦਲਾਸਾ ਦੇਣਾ ਹੁੰਦਾ ਹੈ ਸਰਕਾਰਾਂ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਡੈਫੀਨਿਟਲੀ ਕਿ ਵੀ ਹਾਂ ਅਸੀਂ ਆਪਣੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਲੁੱਕ ਆਫਟਰ ਕਰ ਰਹੇ ਹਾਂ ਬਟ ਆਬਵੀਅਸਲੀ ਦੇਖੋ ਸੀਰੀਅਸ ਹੈ ਘਟਨਾ ਇੱਕ ਸਿੰਗਾਪੁਰ ਰੇਲ ਲਾਈਨ ਦਾ ਵਾਪਰ ਨਹੀਂ ਔਰ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ 에어ਲਾਈਨ ਦੇ ਨਾਲ ਹੋਇਆ ਇਸ਼ੂ ਜਿਹੜਾ ਆ ਉਹਨੂੰ ਬਹੁਤ ਸੀਰੀਅਸ ਲਿਆ ਜਾਂਦਾ ਦਿਨ ਵਰਤ ਹੀ ਦਿਨ ਜਿਹੜੇ ਹੈਗੇ ਨੇ ਹੁਣ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਆ ਜਿਆਦਾ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਿਡਨੀ 에어ਪੋਰਟ ਤੇ ਦੇਖਿਆ ਸੀਗਾ ਇੱਕ ਛੋਟਾ ਪਲੇਨ ਲੈਂਡ ਹੋਣ ਲੱਗੇ ਉਹਦਾ ਲੈਂਡਿੰਗ ਗੇਅਰ ਜਿਹੜਾ ਹੈਗਾ ਆ ਫਸ ਗਿਆ ਸੀਗਾ ਤੇ 2 ਘੰਟੇ ਸਿਡਨੀ 에어ਪੋਰਟ ਦੇ ਉੱਤੇ ਹੀ ਜਿਹੜਾ ਹੈਗਾ ਆ ਉਹ ਗੇੜੇ ਘੱਟਦਾ ਰਿਹਾ ਅਤੇ ਬਾਅਦ ਦੇ ਵਿੱਚ ਕਿਸੇ ਵਧੀਆ ਤਕਨੀਕ ਦੇ ਨਾਲ ਪਾਇਲਟ ਦੀ ਸਮਝਦਾਰੀ ਦੇ ਨਾਲ ਉਹ ਸੇਫਲੀ ਲੈਂਡ ਹੋਇਆ ਹੈਗਾ ਆ ਤੇ ਉਹਦੇ ਵਿੱਚ ਜਿਹੜੇ 7-8 ਬੰਦੇ ਸੀਗੇ ਉਹਨਾਂ ਨੇ ਜ਼ਿੰਦਗੀ ਦੁਬਾਰਾ ਜਿਹੜੀ ਹੈਗੀ ਉਹਨਾਂ ਨੂੰ ਮਿਲੀ ਤੇ ਸੁੱਖ ਦਾ ਸਾਹ ਲੱਤਾ ਉਹਨਾਂ ਨੇ ਹੈਨਾ ਇਹ ਤੋਂ ਪਹਿਲਾਂ ਵੀ ਘਟਨਾਵਾਂ ਜਿਹੜੀਆਂ ਹੈਗੀਆਂ ਵਾਪਰਦੀਆਂ ਰਹੀਆਂ ਹੈਗੀਆਂ ਆ ਤੇ ਲਗਾਤਾਰ ਜਿਹੜਾ ਹੈਗਾ ਆ ਇਹ ਵਾਪਰਨਾ ਘਟਨਾਵਾਂ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਆ ਦੇਖੋ 에ਅਰਲਾਈਨ ਸੇਫਟੀ ਵਾਲੇ ਜਿਹੜਾ ਆਪਣਾ ਜਿਹੜੂ ਕੰਮ ਕਰਦੇ ਨੇ ਉਹ ਅਗੇ ਇਹ ਮੰਨ ਲਾਦੇ ਕਿ ਹਰੇਕ ਜਿਹੜੀ ਘਟਨਾ ਹੁੰਦੀ ਆ ਉਹਨੂੰ ਇੰਡੀਵਿਜੂਅਲੀ ਉਹ ਦੇਖਦੇ ਆ ਕਿ ਪ੍ਰੋਬਲਮ ਕੀ ਸੀਗੀ ਜਹਾਜ਼ ਦੀ ਪ੍ਰੋਬਲਮ ਸੀ ਮੌਸਮ ਦੀ ਪ੍ਰੋਬਲਮ ਸੀਗੀ ਕਿਉਂਕਿ ਦੇਖੋ ਇਹ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਬੈਠਦੇ ਆ ਉਹੀ ਸਾਰੀਆਂ ਵਾਰਨਿੰਗਾਂ ਤੁਹਾਨੂੰ ਦਿੰਦੇ ਆ ਕਿ ਵੀ ਹਾਂ ਵੀ ਕੋਈ ਚੀਜ਼ ਹੋ ਸਕਦੀ ਜਾਂ ਚੱਲਾ ਚੱਲਦਾ ਉਲਟਾ ਵੀ ਹੋ ਸਕਦਾ ਕੋਈ ਹਵਾ ਆ ਗਈ ਕੁਝ ਆ ਗਿਆ ਕੋਈ ਪ੍ਰੈਸ਼ਰ ਪੈ ਗਿਆ ਕਿਸੇ ਚੀਜ਼ ਨੂੰ ਤਾਂ ਹੀ ਉਹ ਜਿਹੜੀਆਂ ਆਹ ਚੀਜ਼ਾਂ ਤੁਹਾਨੂੰ ਸੇਫਟੀ ਦੱਸਦੇ ਆ ਨਾ ਕਿ ਵੀ ਹਾਂ ਠੀਕ ਹੈ ਸਾਨੂੰ ਪਤਾ ਕਿ ਇਹਦੇ ਚਾਂਸਸ ਬਹੁਤ ਘੱਟ ਨੇ ਨਾਲੇ ਅਸੀਂ ਸੋਚਦੇ ਸਾਡੇ ਨਾਲ ਇਦਾਂ ਦਾ ਨਹੀਂ ਹੋ ਸਕਦਾ ਹਨਾ ਕਿ ਵੀ ਤਮਾਨ ਜਿਹੜਾ ਆ ਤੁਸੀਂ ਜਿਹੜੀਆਂ ਬੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਇਹ ਨਿਸ਼ਾਨੀਆਂ ਹੁੰਦੀਆਂ ਨੇ ਕਿ ਇਹ ਘਟਨਾ ਵਾਪਰ ਸਕਦੀ ਆ ਤਾਂ ਜੇ ਹੋ ਗਿਆ ਤਾਂ ਉਹਦੀ ਸੇਫਟੀ ਪਹਿਲੇ ਹੀ ਰੱਖੋ ਤਾਂ ਹੀ ਤੁਸੀਂ ਦੇਖੋ ਕਦੀ ਤੁਸੀਂ ਕੁਝ ਪੱਟ ਤੇ ਰੱਖਿਆ ਹੋਊਗਾ ਨਾਲ ਦੀ ਸੀਟ ਤੇ ਕੋਈ ਬੈਗ ਰੱਖਿਆ ਹੋਊਗਾ ਉਹ ਤੁਹਾਨੂੰ ਜਿਹੜੇ ਸਟਾਫ ਹੈ ਅਲਾਉ ਨਹੀਂ ਕਰਦਾ ਉਹ ਕਹੂਗਾ ਕਿ ਜਾਂ ਤੇਨੂੰ ਉੱਪਰ ਰੱਖੋ ਕੈਬਿਨ ਦੇ ਵਿੱਚ ਸਟੋਰੇਜ ਵਿੱਚ ਜਾਂ ਇਹਨੂੰ ਸੀਟ ਦੇ ਥੱਲੇ ਰੱਖੋ ਤਾਂ ਕਿ ਲੂਜ਼ ਨਹੀਂ ਛੜਨਾ ਸੀਟ ਬੈਲਟ ਲਾ ਕੇ ਰੱਖੋ ਤਾਂ ਸੁਜੈਸ਼ਨ ਵੀ ਇਹ ਦਿੰਦੇ ਨੇ ਸੋ ਇਹ ਬੇਸਿਕਲੀ ਰੀਜ਼ਨ ਹੁੰਦੇ ਕਿ ਵੀ ਕਦੀ ਇਦਾਂ ਦੀ ਕੋਈ ਘਟਨਾ ਹਵਾ ਚ ਵਾਪਰ ਜਵੇ ਤਾਂ ਤੁਸੀਂ ਆਪਣੇ ਉਹਨੂੰ ਸੇਫ ਰੱਖੋ ਹਨਾ ਬਟ ਕਿਉਂਕਿ ਕੰਪਲਸਰੀ ਨਹੀਂ ਹੁੰਦਾ ਤਾਂ ਲੋਕ ਇਨਗੈਲੀ ਵਰਤਦੇ ਨੇ ਬਟ ਚਲੋ ਹੁਣ ਜੋ ਵੀ ਹੋਣੀ ਜੀ ਇਨਕੁਆਰੀ ਹੋਊਗੀ ਕਿਉਂ ਹੋਇਆ ਤੇ ਜਦੋਂ ਜਿੱਦਾਂ ਜਿੱਦਾਂ ਗੱਲਾਂ ਆਉਣਗੀਆਂ ਸਾਹਮਣੇ ਤਾਂ ਉਹ ਆਪਾਂ ਜਿਹੜੇ ਵੀ ਆਪਣੇ ਦਰਸ਼ਕ ਨੇ ਉਸ ਸਮੇਂ ਆਸਟ੍ਰੇਲੀਆ ਦੇ ਲੋਕ ਵੀ ਕੋਈ ਜ਼ਖਮੀ ਹੋਏ ਹੈਗੇ ਆ ਆ ਨਹੀਂ ਇਦਾਂ ਦੀ ਕੋਈ ਜਾਣਕਾਰੀ ਤਾਂ ਨਹੀਂ ਆਈ ਹੈ ਸਾਹਮਣੇ ਕਿ ਆਸਟ੍ਰੇਲੀਆ ਦੇ ਲੋਕ ਜਿਹੜੇ ਉਹ ਜ਼ਖਮੀ ਹੋਏ ਆ ਬਟ ਮੇਨਲੀ ਤਾਂ ਜਿਹੜੀ ਉਹ ਹੀ ਆਨ ਬੋਰਡ ਸੀਗੇ ਆਨ ਬੋਰਡ ਸੀਗੇ ਆਪਣੇ ਕਰੀਬਨ 56 ਸੀਗੇ ਆਸਟ੍ਰੇਲੀਅਨਸ ਹੁਣ ਵਿੱਚ ਨਹੀਂ ਪਤਾ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਦੇ ਸਟੇਜ ਤੋਂ ਜਿਹੜੇ ਹੈਗੇ ਆ ਹਾਂਜੀ ਤੇ ਕਿਉਂਕਿ ਇੱਕ ਚੀਜ਼ ਹੋਰ ਵੀ ਹੈਗੀ ਆ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਯੂਰਪ ਜਾਂ ਲੰਡਨ ਦੇ ਨਾਲ ਕਨੈਕਸ਼ਨ ਹੈਗਾ ਆ ਉਹ ਸਿੰਗਾਪੁਰ 에ਅਰਲਾਈਨ ਦਾ ਮੇਨ ਇੰਪੋਰਟੈਂਟ ਕਨੈਕਸ਼ਨ ਹੈਗਾ ਆ ਤਾਂ ਹੀ ਇਹ ਇਨੀ ਗਿਣਤੀ ਦੇ ਵਿੱਚ ਲੋਕ ਉਸ ਫਲਾਈਟ ਦੇ ਵਿੱਚ ਸੀਗੇ ਕਿਉਂਕਿ ਇਸੇ ਰੂਟ ਦੇ ਥਰੂ ਜਿਹੜੇ ਹੈਗੇ ਲੋਕ ਆ ਕਿਉਂਕਿ ਉਹ ਵੀ ਮਾਈਗ੍ਰੈਂਟ ਹੈਗੇ ਨੇ ਉਹ ਵੀ ਆਪਣੇ ਵਾਪਸ ਦੇਸ਼ਾਂ ਨੂੰ ਜਾਂਦੇ ਹੈਗੇ ਆ ਗੋਰੇ ਵੀ ਹੈਗੇ ਆ ਜਾਂ ਕਈ ਰੀਜ਼ਨ ਹੈ ਟਰੈਵਲ ਕਰਨ ਦੇ ਜ਼ਰੂਰੀ ਨਹੀਂ ਮਾਈਗ੍ਰੇਸ਼ਨ ਰੀਜ਼ਨ ਹੈ ਤੁਸੀਂ ਬਿਜ਼ਨਸ ਲਈ ਟਰੈਵਲ ਕਰਦੇ ਹੋ ਘੁੰਮਣ ਫਿਰਲੀ ਜਾਂਦੇ ਆ ਕਿਉਂਕਿ ਜ਼ਿਆਦਾਤਰ ਇਹ ਦੇਸ਼ ਦੇ ਲੋਕ ਲੰਡਨ ਇੰਗਲੈਂਡ ਜਿਹੜਾ ਹੈਗਾ ਆ ਘੁੰਮਣ ਜਾਂਦੇ ਹੈਗੇ ਆ ਮੇਜਰ ਫਲਾਈਟਾਂ ਨੇ ਮੇਜਰ ਫਲਾਈਟਾਂ ਹੈਗੀਆਂ ਨੇ ਤੇ ਰੂਟ ਹੈਗਾ ਇਸੇ ਕਾਰਨ ਜਿਹੜਾ ਹੈਗਾ ਆ ਇਹ ਅ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਦੇਸ਼ਾਂ ਤੋਂ ਹਾਂ ਬਿਲਕੁਲ ਕਿਉਂਕਿ ਆਪਣਾ ਡਾਇਰੈਕਟ ਰੂਟ ਹੈ ਹੁਣਾ ਵਗਰਾ ਆਪਾਂ ਪਾਵਾ ਇੰਡੀਆ ਨੂੰ ਵੀ ਜਾਣਾ ਹੈ ਤਾਂ ਵੀ ਰੂਟ ਸਾਡਾ ਉਹੀ ਬਣਦਾ ਹੈ ਮਲੇਸ਼ੀਆ ਸਿੰਗਾਪੁਰ ਵਾਲਾ ਤੇ ਜੇ ਹੁਣ ਇੰਗਲੈਂਡ ਜਾਣਾ ਸਭ ਤੋਂ ਲੰਬੀ ਫਲਾਈਟ ਉਹੀ ਹੁੰਦੀ ਹੈ ਹਨਾ ਭਾਰਤ ਵਾਲੇ ਲਈ ਤੇ ਸਭ ਤੋਂ ਛੋਟੀਆਂ ਫਲਾਈਟਾਂ ਚ ਆਉਂਦੀ ਹੈ ਬਟ ਸਾਡੇ ਲਈ ਉਹ 25 26 ਘੰਟੇ ਦਾ ਜਿਹੜਾ ਸਫ਼ਰ ਹੈਗਾ ਆ ਤਾਂ ਉਹਨਾਂ ਦਾ ਲੋਂਗੇਸਟ ਫਲਾਈਟ ਆ ਤਾਂ ਉਹ ਫਿਰ ਉਹ ਏਜੇ ਏਜ ਰੂਟ ਦੇ ਹੋ ਕੇ ਦਰਾਂਦੀ ਹੈ ਹਾਂਗਕਾਂਗ ਸਿੰਗਾਪੁਰ ਮਲੇਸ਼ੀਆ ਜਾਂ ਹੋਰ ਇਵਨ ਦੁਬਈ ਵਾਲਾ ਵੀ ਕਈ ਫਲਾਈਟ ਜਿਹੜੀਆਂ ਨੇ ਉਧਰੋਂ ਵੀ ਜਾਂ ਅਬੂ ਦਬੀ ਤੋਂ ਤਾਂ ਬੱਡੇ ਹਾਂ ਸਿੰਗਾਪੁਰ ਇਸ ਵਨ ਆਫ ਦਾ ਮੇਜਰ ਗਾਰੀਜ਼ਨ ਕੀ ਉਧਰ ਜਾਂਦੀ ਹੈ ਇਹਦੇ ਨਾਲ ਅੱਗੇ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਸਕੂਲਾਂ ਦੀ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਆ ਬੁੱਲਿੰਗ ਦੇ ਕੇਸ ਅਸੀਂ ਦੇਖਦੇ ਰਹਾਂ ਜਦੋਂ ਆਉਂਦੇ ਹੈਗੇ ਹਾਂ ਸੁਣਦੇ ਰਹਿੰਦੇ ਹੈਗੇ ਹਾਂ ਆਮ ਜ਼ਿੰਦਗੀ ਦੇ ਵਿੱਚ ਦੇਖਦੇ ਹੈਗੇ ਹਾਂ ਕਿ ਲਗਾਤਾਰ ਇੱਥੇ ਕੇਸ ਜਿਹੜੇ ਹੈਗੇ ਆ ਬੁੱਲਿੰਗ ਦੇ ਆਉਂਦੇ ਰਹਿੰਦੇ ਹੈਗੇ ਨੇ ਹੁਣ ਇੱਕ ਸਰਵੇ ਜਿਹੜਾ ਹੈਗਾ ਆ ਉਹ ਹੋਇਆ ਹੈਗਾ ਜਿਹਦੇ ਵਿੱਚ ਲਗਭਗ 690000 ਬੱਚਿਆਂ ਦਾ ਇੱਕ ਸਰਵੇ ਕੀਤਾ ਗਿਆ ਜਿਹਦੇ ਵਿੱਚ 15 ਸਾਲ ਤੋਂ ਤੱਕ ਦੇ ਜਿਹੜੇ ਜੁਆਗ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ 81 ਕੰਟਰੀਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸਰਵੇ ਕੀਤਾ ਗਿਆ ਅਤੇ ਪਤਾ ਲਗਾਇਆ ਗਿਆ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਬੱਚਿਆਂ ਦੀ ਕੀ ਸਥਿਤੀ ਹੈਗੀ ਆ ਸਕੂਲਾਂ ਦੇ ਵਿੱਚ ਕਿਵੇਂ ਜਿਹੜਾ ਹੈਗਾ ਮਾਹੌਲ ਦਿੱਤਾ ਜਾ ਰਿਹਾ ਆ ਤੇ ਬੁੱਲਿੰਗ ਜਿਹੜੀ ਹੈਗੀ ਆ ਜਿਹੜੀ ਸਭ ਤੋਂ ਖਤਰਨਾਕ ਚੀਜ਼ ਹੈਗੀ ਆ ਉਹ ਕਿੱਥੇ ਖੜੀ ਹੈਗੀ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਉਹਦੇ ਵਿੱਚ ਸੰਸੈ ਜਿਹੜੇ ਹੈਗੇ ਆ ਪ੍ਰਗਟ ਕੀਤੇ ਗਏ ਸੀਗੇ ਤੇ ਉਹ ਸਿੱਧ ਹੋਏ ਹੈਗੇ ਨੇ ਤੇ ਡਾਟੇ ਜਿਹੜੇ ਹੈਗੇ ਬੜੇ ਖਤਰਨਾਕ ਆਇਆ ਕਿ ਆਸਟ੍ਰੇਲੀਆ ਵਨ ਆਫ ਦਾ ਮੋਸਟ ਜਿਹੜਾ ਹੈਗਾ ਆ ਨੰਬਰ 2 ਦੇ ਉੱਤੇ ਹੈਗਾ ਆ ਜਿੱਥੇ ਬੁੱਲਿੰਗ ਦੇ ਸ਼ਿਕਾਰ ਬੱਚੇ ਸਭ ਤੋਂ ਜ਼ਿਆਦਾ ਹੈਗੇ ਨੇ ਹੁਣ ਇਹਦੇ ਡਾਟੇ ਦੇ ਵਿੱਚ ਦਿਖਾਇਆ ਗਿਆ ਹੈਗਾ ਕਿ 13437 ਆਸਟ੍ਰੇਲੀਅਨ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਜਿਨ੍ਹਾਂ ਦੇ ਵਿੱਚੋਂ ਪਤਾ ਲੱਗਿਆ ਆ ਕਿ ਹਰੇਕ 6 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈਗਾ ਆ ਉਹ ਕਹਿੰਦਾ ਆ ਕਿ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਇੱਕ ਦੂਜੇ ਦਾ ਮਜ਼ਾਕ ਜਿਹੜਾ ਹੈਗਾ ਬਣਾਉਂਦੇ ਹੈਗੇ ਨੇ ਇੱਕ ਦੂਜੇ ਦੇ ਨਾਲ ਫਨ ਕਰਦੇ ਹੈਗੇ ਨੇ ਗਲਤ ਤਰੀਕੇ ਦੇ ਨਾਲ ਜਿਹਦੇ ਨਾਲ ਬੱਚੇ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘਦੇ ਹੈਗੇ ਆ ਜੇਕਰ ਉਹਨਾਂ ਦੇ ਪੇਰੈਂਟਸ ਜਾਂ ਟੀਚਰ ਉਹਨਾਂ ਨੂੰ ਸਪੋਰਟ ਨਹੀਂ ਦਿੰਦੇ ਹੈਗੇ ਇਹਦੇ ਨਾਲ ਹੀ ਇਹਦੇ ਵਿੱਚ ਇਹ ਹੋਰ ਵੀ ਚੀਜ਼ਾਂ ਆਆਂ ਕਿ ਤੱਕਾ ਮੁੱਕੀ ਜਿਹੜੀ ਹੈਗੀ ਆ ਦਸਾਂ ਦੇ ਵਿੱਚੋਂ ਇੱਕ ਬੱਚੇ ਦੇ ਨਾਲ ਸਕੂਲਾਂ ਦੇ ਵਿੱਚ ਧੱਕਾ ਮੁਕੀ ਜਿਹੜੀ ਹੈਗੀ ਆ ਉਹ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਹੁੰਦੀ ਹੈਗੀ ਆ ਜਾਂ ਬੱਚਿਆਂ ਦੇ ਪ੍ਰਤੀ ਜਿਹੜੇ ਹੈਗੇ ਆ ਰਿਊਮਰ ਫਲਾਏ ਜਾਂਦੇ ਆ ਕਿ ਫਲਾਣਾ ਫਲਾਣੇ ਟੈਬ ਦਾ ਬੰਦਾ ਆ ਫਲਾਣੇ ਨੇ ਆ ਕਰਤਾ ਹੈਗਾ ਫਲਾਣੇ ਨੇ ਇਹ ਕਰ ਦਿੱਤਾ ਆ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪੈਂਦਾ ਹੈਗਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਆ ਇਹ ਕਾਰਨ ਵੀ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਆ ਅਧਿਆਪਕਾਂ ਦੀ ਗਿਣਤੀ ਜਿਹੜੀ ਹੈਗੀ ਆ ਪ੍ਰੋਪਰ ਨਾ ਹੋਣ ਕਾਰਨ ਜਿਹੜਾ ਹੈਗਾ ਇਦਾਂ ਦੇ ਮਾਹੌਲ ਜਿਹੜੇ ਹੈਗੇ ਆ ਉਹ ਬਣਦੇ ਹੈਗੇ ਆ ਤੇ ਬੱਚੇ ਵੀ ਜਿਹੜੇ ਹੈਗੇ ਆ ਉਹ ਟੀਚਰਾਂ ਨੂੰ ਕੋਈ ਬਾੜਾ ਨਹੀਂ ਗੋਲਦੇ ਹੈਗੇ ਤੇ ਹਾਲਾਂਕਿ ਇਹਦੇ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਵੀ ਆਈ ਆ ਆਈ ਥਿੰਕ ABC ਨੇ ਵੀ ਇਹਦੇ ਤੇ ਰਿਪੋਰਟ ਕੀਤੀ ਹੈਗੀ ਆ ਕਿ ਸਕੂਲਾਂ ਨੂੰ ਜਿਹੜਾ ਹੈਗਾ ਆ ਉਹ ਸਖਤ ਹੋਣਾ ਪਊਗਾ ਕਿ ਜੇਕਰ ਸਕੂਲਾਂ ਦਾ ਜਿਹੜਾ ਮਾਹੌਲ ਆ ਉਹ ਠੀਕ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਗਲਤ ਰਾਵਾਂ ਦੇ ਉੱਤੇ ਜਾਣਗੇ ਤੇ ਇਹਦੇ ਵਿੱਚ ਹੁਣ ਇਹ ਹੋਰ ਵੀ ਜਾਣਕਾਰੀਆਂ ਆਏਆਂ ਹੈਗੀਆਂ ਆ ਕੀ ਆਸਟ੍ਰੇਲੀਆ ਜਿਹੜਾ ਹੈਗਾ ਆ ਮੋਸਟ ਡਿਸਆਰਡਰ ਜਿਹੜਾ ਸਿਸਟਮ ਦੇ ਰਿਹਾ ਸਕੂਲਾਂ ਦੇ ਵਿੱਚ ਤੇ ਉਹਨੂੰ ਵਰਡ ਦੇ ਵਿੱਚ ਜਿਹੜਾ ਹੈਗਾ ਪਹਿਲੀ ਕਤਾਰ ਦੇ ਵਿੱਚ ਰੱਖਿਆ ਗਿਆ ਹੈਗਾ ਇਹ ਵੀ ਇੱਕ ਚਿੰਤਾਪੂਰਕ ਗੱਲ ਹੈਗੀ ਆ ਕਿ ਸਕੂਲਾਂ ਦਾ ਮਾਹੌਲ ਹੀ ਜਿਹੜਾ ਹੈਗਾ ਆ ਬੱਚੇ ਕਿਦਾਂ ਦਾ ਬਣਾ ਰਹੇ ਹੈਗੇ ਆ ਤੇ ਟੀਚਰ ਵੀ ਉਹਨਾਂ ਨੂੰ ਕੋਈ ਉਹ ਨਹੀਂ ਗੋਲ ਰਹੇ ਕਿਉਂਕਿ ਟੀਚਰਾਂ ਨੂੰ ਜਿਹੜੇ ਹੈਗੇ ਸਟੂਡੈਂਟ ਉਹ ਕਰ ਰਹੇ ਹੈਗੇ ਹਾਲਾਂਕਿ ਕੁਝ ਪ੍ਰਾਈਵੇਟ ਅਦਾਰੇ ਜਿਹੜੇ ਹੈਗੇ ਸਕੂਲ ਚਲਾਉਂਦੇ ਹੈਗੇ ਆ ਉਹ ਥੋੜਾ ਜਿਹਾ ਜੁਤੀ ਦਾ ਜ਼ੋਰ ਜ਼ਰੂਰ ਬੱਚਿਆਂ ਦੇ ਉੱਤੇ ਰੱਖਦੇ ਹੈਗੇ ਆ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਸੀਗਾ ਕਿ ਕੁਝ ਸਕੂਲਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਜਿਹੜਾ ਹੈਗਾ ਆ ਬਾਦਸਲੋਕੀ ਟੀਚਰਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਕੀਤੀ ਗਈ ਤੇ ਉਹਨਾਂ ਨੂੰ ਸਕੂਲਾਂ ਤੋਂ ਐਕਸਪੈਲ ਜਰੂਰ ਕੀਤਾ ਗਿਆ ਹੈਗਾ ਆ ਤੇ ਇਦਾਂ ਦਾ ਡਰਾਵਾ ਜਿਹੜਾ ਹੈਗਾ ਹੁਣ ਸਕੂਲ ਦੇਣਾ ਸ਼ੁਰੂ ਕਰ ਰਹੇ ਹੈਗੇ ਆ ਪਰ ਹਾਲੇ ਵੀ ਜਿਹੜੀ ਚਿੰਤਾ ਜਿਹੜੀ ਹੈਗੀ ਮਾਪਿਆਂ ਦੀ ਵਧੀ ਹੋਈ ਹੈਗੀ ਕਿਉਂਕਿ ਇੱਥੇ ਬੁੱਲਿੰਗ ਜਿਹੜੀ ਹੈਗੀ ਬਹੁਤ ਜ਼ਿਆਦਾ ਹੋ ਰਹੀ ਹੈਗੀ 42% ਸਟੂਡੈਂਟ ਜਿਹੜੇ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਉਹ ਉਹਨਾਂ ਨੇ ਇਹ ਰਿਪੋਰਟ ਕੀਤਾ ਆ ਕਿ ਸਕੂਲ ਦੇ ਵਿੱਚ ਜਿਹੜਾ ਹੈਗਾ ਆ ਇੱਕ ਗੁੰਡਾਗਰਦੀ ਵਾਲਾ ਮਾਹੌਲ ਆ ਰੋਡਿਨੈਂਸ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਦੇ ਆਏ ਕਿ ਉਦਾਂ ਦਾ ਮਾਹੌਲ ਜਿਹੜਾ ਹੈਗਾ ਆ ਉਹ ਚੱਲ ਰਿਹਾ ਹੈਗਾ ਆ ਹਨਾ 40% ਬੱਚੇ ਉਹ ਹੈਗੇ ਨੇ ਕਿ ਜਿਹੜੇ ਡਿਜੀਟਲ ਡਿਵਾਈਸਸ ਦੇ ਨਾਲ ਅਟ੍ਰੈਕਟ ਹੋ ਕੇ ਇੱਕ ਦੂਜੇ ਨੂੰ ਤੰਗ ਕਰਦੇ ਹੈਗੇ ਆ ਇਹ ਵੀ ਮੋਹੌਲੇ ਹੈਗਾ ਯਾ ਬਸ ਇੱਕ ਦੂਜੇ ਨੂੰ ਕਹਿੰਦੇ ਫਲਾਣਾ ਤੇਰੇ ਕੋਲ ਆ ਚੀਜ਼ ਨਹੀਂ ਹੈਗੀ ਅਸੀਂ ਬਾਹਲੇ ਸੁਪੀਰੀਅਰ ਹੈਗੇ ਆ ਸਾਡੇ ਕੋਲ ਆ ਚੀਜ਼ ਹੈਗੀ ਆ ਅਸੀਂ ਬਾਹਲੇ ਸੁਪੀਰੀਅਰ ਹੈਗੇ ਤੁਸੀਂ ਘੱਟ ਹੈਗੇ ਹੋ ਹਨਾ ਇਹ ਇਹ ਬੱਚਿਆਂ ਦੇ ਵਿੱਚ ਥੋੜਾ ਜਿਆਦਾ ਹੋ ਰਿਹਾ ਹੈਗਾ ਆ ਤੇ ਸਕੂਲਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਨਾਲੋਂ ਵੀ ਜਿਹੜਾ ਹੈਗਾ ਘੱਟ ਸੇਫ ਆਪਣੇ ਆਪ ਨੂੰ ਮਹਿਸੂਸ ਕਰਦੀਆਂ ਹੈਗੀਆਂ ਹਾਲਾਂਕਿ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਹੈ ਸਰਵੇ ਹੋਇਆ ਕਿ ਜਿਹੜੀਆਂ ਮੁੰਡੇ ਹੈਗੇ ਨੇ ਉਹ ਸਿਸਟਮ ਦੇ ਨਾਲ ਜਿਹੜਾ ਹੈਗਾ ਆ ਥੋੜਾ ਬਹੁਤਾ ਆਪਣੇ ਆਪ ਨੂੰ ਅਡਜਸਟ ਕਰ ਲੈਂਦੇ ਹੈਗੇ ਆ ਪਰ ਕੁੜੀਆਂ ਜਿਹੜੀਆਂ ਹੈਗੀਆਂ ਆ ਉਹ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਅਡਜਸਟ ਨਹੀਂ ਕਰ ਪਾਉਂਦੀਆਂ ਤੇ ਕਈ ਵਾਰੀ ਉਹ ਗਲਤ ਰਾਹ ਦੇ ਉੱਤੇ ਵੀ ਚੱਲ ਜਾਂਦੀਆਂ ਹੈਗੀਆਂ ਮਾਨਸਿਕ ਪਰੇਸ਼ਾਨੀ ਠੀਕ ਹੈ ਡਿਪਰੈਸ਼ਨ ਦੇ ਵਿੱਚ ਛੋਟਾ ਬੱਚਾ ਹੈਗਾ ਆ ਤੇ ਉਹ ਉਹ ਜਿਹੜੇ ਕਾਰਨ ਹੈਗੇ ਨੇ ਉਹ ਬੜੇ ਚਾਂਬੇ ਵਾਲੇ ਹੈਗੇ ਨੇ ਜਿਹੜੇ ਕੀ ਇਥੋਂ ਦੀਆਂ ਸਰਕਾਰਾਂ ਨੂੰ ਜਿਹੜਾ ਹੈਗਾ ਆ ਉਹ ਦੇਖਣਾ ਚਾਹੀਦਾ ਆ ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ OECD ਜਿਹੜਾ ਹੈਗਾ ਆ ਇਹ ਪੂਰਾ ਪੈਸੀਫਿਕ ਘੇਰਾ ਜਿਹੜਾ ਹੈਗਾ ਜਿਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਫੀਜੀ ਹੋਰ ਜਿਹੜੇ ਮੁਲਕ ਹੈਗੇ ਨੇ ਨੇੜੇ ਤੜੇ ਜਾਂ ਸਿੰਗਾਪੁਰ ਇਦਾਂ ਦੇ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਆ ਉਹ ਆਸਟ੍ਰੇਲੀਆ ਨੂੰ ਸਭ ਤੋਂ ਅ ਬਾਦਖ ਖਤਰਨਾਕ ਦੱਸਿਆ ਗਿਆ ਸਕੂਲਾਂ ਦੇ ਮਾਮਲੇ ਦੇ ਵਿੱਚ ਕਿ ਇੱਥੇ ਉਸ ਤਰੀਕੇ ਨਾਲ ਉਹਨੂੰ ਟੈਕਲ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਇਸ ਬੁੱਲਿੰਗ ਨੂੰ ਜਿਹੜਾ ਹੈਗਾ ਹੈ ਟੈਕਲ ਕਰਨਾ ਚਾਹੀਦਾ ਸਰਕਾਰਾਂ ਨੂੰ ਜਾਂ ਸਕੂਲੀ ਐਜੂਕੇਸ਼ਨ ਅਦਾਰੇ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਟੈਕਲ ਕਰਨਾ ਚਾਹੀਦਾ ਆ ਹਾਂਜੀ ਬਿਲਕੁਲ ਦੇਖੋ ਜਿਹੜੀ ਡਾਟਾ ਆਇਆ ਆ ਚਲੋ ਬਹੁਤ ਵੱਡਾ ਸਰਵੇ ਨਹੀਂ ਹੈਗਾ ਕਰੀਬਨ ਦੁਨੀਆ ਦੇ ਵਿੱਚ ਉਹਨਾਂ ਨੇ 81 ਕੰਟਰੀਆਂ ਦੇ ਵਿੱਚ ਕੀਤਾ 13000 ਆਸਟ੍ਰੇਲੀਆ ਬੱਚਿਆਂ ਨੂੰ ਪੁੱਛਿਆ ਤਾਂ ਚਲੋ ਇਹਨੂੰ ਤੁਸੀਂ ਡਾਟਾ ਨੂੰ ਕਿਸੇ ਵੀ ਵੇ ਨਾਲ ਲੈ ਸਕਦੇ ਹੋ ਕਿਉਂਕਿ ਤਕਰੀਬਨ ਇੰਗਲਿਸ਼ ਸਪੀਕਿੰਗ ਕੰਟਰੀ ਯੂਕੇ ਯੂਐਸ ਵਰਗਿਆਂ ਤੋਂ ਵੀ ਇਸਟਰੀਆ ਨੂੰ ਉੱਪਰ ਰੱਖਿਆ ਕਿ ਬੁੱਲਿੰਗ ਵੱਧ ਰਹੀ ਹੈ ਔਰ ਇਹ ਚੀਜ਼ ਡੈਫੀਨਿਟਲੀ ਚਲੋ ਸਰਵੇ ਵੱਡਾ ਹੋਵੇ ਜਾਂ ਛੋਟਾ ਹੋਵੇ ਬਟ ਜਿਹੜਾ ਸਰਵੇ ਕਹਿ ਰਿਹਾ ਕਿ ਹਾਂ ਵੀ ਇਸਟਰੀਆ ਵਿੱਚ ਬੁੱਲਿੰਗ ਵੱਧ ਰਹੀ ਹੈ ਔਰ ਨੋ ਡਾਊਟ ਇਹ ਹੈਗੀ ਆ ਔਰ ਇਹ ਚੀਜ਼ ਜਿਹੜੇ ਲੋਕ ਰਹਿੰਦੇ ਨੇ ਉਹ ਮਹਿਸੂਸ ਕਰਦੇ ਨੇ ਤਾਂ ਹੀ ਰੀਜ਼ਨ ਹੈ ਕਿ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਪੰਜਾਬੀ ਜਾਂ ਇੰਡੀਅਨਸ ਹੋ ਗਏ ਹਨਾ ਕਿ ਵੀ ਸਰਕਾਰੀ ਸਕੂਲ ਦੇ ਬੱਚੇ ਨੂੰ ਪਾਉਣ ਤੋਂ ਥੋੜਾ ਜਿਹਾ ਝਿਜਕਦੇ ਨੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਜ਼ਿਆਦਾ ਪਾਉਂਦੇ ਨੇ ਤਾਂ ਖਾਸ ਕਰਕੇ ਜਿਹੜੇ ਇਲਾਕੇ ਸਟੈਬਲਿਸ਼ ਇਲਾਕੇ ਨੇ ਉਧਰ ਜਿਹੜੇ ਸਰਕਾਰੀ ਸਕੂਲ ਨੇ ਕਾਫੀ ਜਿਹੜੇ ਹਾਲਾਤ ਨੇ ਮਾੜੇ ਨੇ ਪਿੱਛੇ ਜੇ ਇੱਕ ਵੱਡੇ ਸਕੂਲ ਦਾ ਵੀ ਇੱਥੇ ਨਾਮ ਆਇਆ ਸੀਗਾ ਖਬਰ ਦੇ ਵਿੱਚ ਕੀ ਵੀ ਉੱਥੇ ਕਿਸ ਤਰੀਕੇ ਦੇ ਨਾਲ ਜਿਹੜੇ ਕਲਾਸ ਦੀਆਂ ਕੁੜੀਆਂ ਸੀਗੀਆਂ ਉਹਨਾਂ ਦੀਆਂ ਫੋਟਾਂ ਜਿਹੜੀਆਂ ਸੀ ਉਹ ਕਿੱਦਾਂ ਵੈਬਸਾਈਟ ਦੇ ਉੱਤੇ ਉਦੋਂ ਸਕੂਲ ਦੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਪਾਈਆਂ ਤਾਂ ਉੱਥੇ ਡਿਸਕਸ਼ਨਾਂ ਹੋਣ ਲੱਗ ਪਈਆਂ ਨੈਸ਼ਨਲ ਨਿਊਜ਼ ਜਿਹੜੀ ਹੈ ਬਣੀ ਆ ਚਲੋ ਕਈ ਮੁੰਡਿਆਂ ਨੂੰ ਐਕਸਪੈਲ ਵੀ ਕੀਤਾ ਗਿਆ ਸਟੂਡੈਂਟ ਸਕੂਲ ਤੋਂ ਤੇ ਇਦਾਂ ਦੇ ਜਿਹੜਾ ਬਿਹੇਵੀਅਰ ਬਹੁਤ ਕਾਮਨ ਜਿਹੜਾ ਆ ਇੱਥੇ ਤੁਹਾਨੂੰ ਮਿਲੂਗਾ ਇਹ ਚੀਜ਼ ਨੂੰ ਲੈ ਕੇ ਔਰ ਬਿਹੇਵੀਅਰ ਜਿਹੜਾ ਆ ਬੱਚਿਆਂ ਦਾ ਆ ਉਹ ਜਿਹੜਾ ਆ ਇਹ ਇਸ ਚੀਜ਼ ਨੂੰ ਲੈ ਕੇ ਬੁਲੀ ਗੱਲ ਨੂੰ ਕਾਫੀ ਜਾ ਰਿਹਾ ਤਾਂ ਪਰ ਪ੍ਰਾਈਵੇਟ ਪ੍ਰਾਈਵੇਟਾਂ ਦੇ ਵਿੱਚ ਥੋੜਾ ਜਿਹਾ ਹਜੇ ਨਹੀਂ ਪ੍ਰਾਈਵੇਟ ਵਿੱਚ ਵੀ ਹੈਗੀਆਂ ਨੇ ਪ੍ਰੋਬਲਮ ਪ੍ਰਾਈਵੇਟ ਵਿੱਚ ਦੇਖੋ ਰੀਜ਼ਨ ਕੀ ਹੁੰਦਾ ਕਿ ਪ੍ਰਾਈਵੇਟ ਵਿੱਚ ਚੀਜ਼ਾਂ ਦੱਬੀਆਂ ਜਾਂਦੀਆਂ ਨੇ ਜਿਹੜੀ ਸਰਕਾਰ ਹੈ ਨਾ ਉਹ ਪ੍ਰਾਈਵੇਟਸ ਨੂੰ ਬਹੁਤ ਜ਼ਿਆਦਾ ਉਹਦੇ ਡਾਟੇ ਦੇ ਉੱਤੇ ਜਾਂਦੀਆਂ ਨੇ ਸਰਕਾਰ ਦਾ ਜਿਹੜਾ ਫੋਕਸ ਹੁੰਦਾ ਨਾ ਉਹ ਮੋਸਟਲੀ ਸਰਕਾਰੀ ਸਕੂਲਾਂ ਤੱਕ ਹੁੰਦਾ ਕਿਉਂਕਿ ਉਹਨਾਂ ਦੇ ਲਾਇਬਿਲਟੀ ਹੈ ਕਿ ਉਹਨਾਂ ਦਾ ਜੋ ਵੀ ਸਰਕਾਰੀ ਸਕੂਲਾਂ 'ਚ ਹੋ ਰਿਹਾ ਹੈ ਨਾ ਡਾਟਾ ਉਹ ਸਰਕਾਰ ਦੇ ਉੱਤੇ ਆ ਜਾਂਦਾ ਆ ਉਹ ਆਫੀਸ਼ੀਅਲੀ ਜਿਹੜੀ ਖਬਰ ਬਣਦੀ ਆ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਅਨਲੈਸ ਕੋਈ ਸਪੈਸੀਫਿਕ ਘਟਨਾ ਹੋਵੇ ਉਹ ਹਾਈਲਾਈਟ ਹੁੰਦੀ ਆ ਆਦਰਵਾਇਜ਼ ਜਿਹੜਾ ਨਾਰਮਲ ਡਾਟਾ ਆ ਉਹ ਨਹੀਂ ਇੰਨਾ ਜ਼ਿਆਦਾ ਫੋਕਸ ਕਰਦੇ ਬਟ ਹਾਂ ਕਰਨਾ ਵੀ ਇਨੀ ਹੈ ਕਿ ਨਹੀਂ ਹੋ ਰਹੀਆਂ ਸਰਕਾਰੀ ਸਕੂਲ ਦੇ ਵਿੱਚ ਵੀ ਪਰ ਮੈਨੂੰ ਇਹਦੇ ਵਿੱਚ ਇਹ ਵੀ ਲੱਗਦਾ ਹੈਗਾ ਆ ਕਿ ਜਿਹੜੇ ਮਾਪੇ ਹੈਗੇ ਨੇ ਉਹਨਾਂ ਦਾ ਵੀ ਯੋਗਦਾਨ ਇਹਦੇ ਵਿੱਚ ਹੋ ਸਕਦਾ ਹੈਗਾ ਜੇਕਰ ਉਹ ਬੱਚਿਆਂ ਦੇ ਨਾਲ ਪੂਰਾ ਫਰੈਂਡਲੀ ਉਹਦੇ ਨਾਲ ਰਹਿਣ ਅਤੇ ਹਰ ਗੱਲ ਦੇ ਉੱਤੇ ਨਿਗਰਾਨਾ ਰੱਖਣ ਤੇ ਬੱਚੇ ਉਹਨਾਂ ਦੇ ਨਾਲ ਸ਼ੇਅਰ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਭਾਵੇਂ ਮਾਪਿਓ ਆਸਟ੍ਰੇਲੀਆ ਦੇ ਕੋਈ ਬਾਕੀ ਮੁਲਕਾਂ ਨਾਲ ਬੱਕਰੇ ਨਹੀਂ ਹੈਗੇ ਮੈਨੂੰ ਲੱਗਦਾ ਆਪਾਂ ਆਪਾਂ ਵਾਈਡਰ ਕਮਿਊਨਿਟੀ ਤੇ ਨਾ ਜਾਈਏ ਆਪਾਂ ਆਪਣੀ ਕਮਿਊਨਿਟੀ ਦੇ ਮਾਪੇ ਦੀ ਗੱਲ ਕਰ ਲਈਏ ਤਾਂ ਉਹ ਇਹ ਕਰ ਸਕਦੇ ਹੈਗੇ ਆ ਆਪਾਂ ਤੋਂ ਸਾਰੇ ਬਸ ਇਹ ਕਹਿੰਦੇ ਕਿ ਉਹ ਕਰ ਸਕਦੇ ਨੇ ਵਗੈਰ ਅਗਰ ਆਪਾਂ ਓਵਰঅল ਲਾ ਕੇ ਦੇਖਦੇ ਇਹ ਜਿਆਦਾ ਕਲਚਰਲ ਤੇ ਡਿਪੈਂਡ ਕਰਦਾ ਹੁਣ ਜਿਹੜੇ ਬੱਚੇ ਨੇ ਹੁਣ ਆਪਣੇ ਕਿਹੜੇ ਤੇ ਪੰਜਾਬੀ ਸਕੂਲਾਂ ਚ ਜਾ ਰਹੇ ਨੇ ਜਾਂ ਇਥੇ ਕਿ ਖਾਲਸਾ ਕਾਲਜ ਬਣੇ ਹੋਏ ਜਿਹਦੇ ਉੱਥੇ ਜਾ ਰਹੇ ਨੇ ਬਟ ਜਾਂ ਤੋਂ ਨਾਰਮਲ ਸਕੂਲਾਂ ਚ ਹੀ ਰਹੇ ਨੇ ਭਾਵੇਂ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਔਰ ਉਹ ਸੇਮ ਹੈ ਪਰ ਜੇ ਤੁਸੀਂ ਕਿਸੇ ਕਿਸੇ ਵੀ ਵੈਸਟਰਨ ਮੁਲਕ ਦਾ ਲੈ ਲਓ ਨਾ ਸਾਰਿਆਂ ਵਿੱਚ ਤਕਰੀਬਨ ਸਕੂਲ ਸਟਰਕਚਰ ਸੇਮ ਹੈ ਬੱਚੇ ਉੱਥੇ ਜਾਂਦੇ ਨੇ ਬਟ ਪੜ੍ਹਾਈ ਦਾ ਥੋੜਾ ਬਹੁਤ ਜਿਹੜਾ ਫਰਕ ਹੈ ਨਾ ਸਕੂਲੀ ਕਲਚਰਲ ਡਿਫਰੈਂਟ ਆ ਬਟ ਆਸਟ੍ਰੇਲੀਆ ਦਾ ਜਿਹੜਾ ਆ ਹੁਣ ਦੇਖਣ ਨੂੰ ਆ ਰਿਹਾ ਕਿ ਵੀ ਹਾਂ ਵੀ ਜਿਹੜਾ ਸਕੂਲ ਆ ਬਹੁਤ ਜ਼ਿਆੜੀਆਂ ਸਿਸਟਮ ਚ ਪ੍ਰੋਬਲਮਸ ਹੈਗੀਆਂ ਨੇ ਔਰ ਇਹਨੂੰ ਲੈ ਕੇ ਮੇਨੂੰ ਲੱਗਦਾ ਰੀਸੈਂਟਲੀ ਜਿਹੜੀ ਫੈਡਰਲ ਗਵਰਨਮੈਂਟ ਔਰ ਨੇ ਵੀ ਚਿੰਤਾ ਜ਼ਾਹਰ ਕੀਤੀ ਸੀਗੀ ਦਾ ਇੱਕ ਉਹਨਾਂ ਨੇ ਨਵੇਂ ਕੁਝ ਕਾਨੂੰਨਸ ਦੇ ਉੱਤੇ ਦਾ ਕੁਝ ਚੀਜ਼ਾਂ ਦੇ ਉੱਤੇ ਵਰਕ ਆਊਟ ਕਰਨਾ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਬੱਚਿਆਂ ਦੇ ਬਿਹੇਵੀਅਰ ਨੂੰ ਲੈ ਕੇ ਕਿ ਜਿਹੜਾ ਉਹਨਾਂ ਦਾ ਸਕੂਲ ਦੇ ਵਿੱਚ ਟੀਚਰਾਂ ਦੇ ਪ੍ਰਤੀ ਬਿਹੇਵੀਅਰ ਆ ਉਹਨੂੰ ਲੈ ਕੇ ਰੀਸੈਂਟਲੀ ਕਾਫੀ ਰਿਪੋਰਟਾਂ ਆਈਆਂ ਸੀਗੀਆਂ ਫੈਡਰਲ ਗਵਰਨਰ ਚਦਰ ਵਿੱਚ ਪ੍ਰਧਾਨ ਮੰਤਰੀ ਨੇ ਵੀ ਜਿਹੜਾ ਉਹ ਬਿਆਨ ਦਿੱਤਾ ਸੀਗਾ ਕਿ ਜਿਹੜੇ ਬੱਚੇ ਆਸਟ੍ਰੇਲੀਆ ਦੇ ਆ ਖਾਸ ਕਰਕੇ ਜਿਹੜੇ ਹਾਈ ਸਕੂਲ ਦੇ ਬੱਚੇ ਆ ਉਹਨਾਂ ਦਾ ਆਪਣੇ ਸਟੂਡ ਆਪਣੇ ਟੀਚਰਜ਼ ਦੇ ਪ੍ਰਤੀ ਜਿਹੜਾ ਬਿਹੇਵੀਅਰ ਉਹ ਠੀਕ ਨਹੀਂ ਹੈਗਾ ਉਹ ਰੂਡ ਬਿਹੇਵੀਅਰ ਹੈਗਾ ਆ ਸੋ ਡੈਫੀਨਿਟਲੀ ਇਹ ਚਿੰਤਾਜਨਕ ਹੈਗਾ ਕਿਉਂਕਿ ਇਹਦਾ ਪ੍ਰਭਾਵ ਬੱਚਾਂ ਦੇ ਉੱਤੇ ਪੈਂਦਾ ਲਾਈਫ ਲੌਂ ਕਿਉਂਕਿ ਉਹ ਡਿਪੈਂਡ ਉਹ ਦੇਖੋ ਡਿਜੀਟਲ ਡਿਵਾਈਸਸ ਤਾਂ ਤੁਸੀਂ ਜਿੰਨਾ ਮਰਜੀ ਆ ਜਿੰਨੀਆਂ ਰਿਪੋਰਟਸ ਆ ਰਹੀਆਂ ਨੇ ਡਿਜੀਟਲ ਡਿਵਾਈਸ ਨੂੰ ਲੈ ਕੇ ਇੰਨਾ ਕੁਝ ਕਿਹਾ ਜਾ ਰਿਹਾ ਆ ਬਟ ਉਹ ਤੋਂ ਬਾਅਦ ਵੀ ਉਹ ਚੀਜ਼ਾਂ ਲਾਗੂ ਨਹੀਂ ਹੋ ਰਹੀਆਂ ਕਿਉਂਕਿ ਕੋਸ ਚੀਜ਼ਾਂ ਜਿਹੜੀਆਂ ਬਾਈ ਡਿਫਾਲਟ ਢੱਡੀ ਲਾਈਫ ਦਾ ਪਾਰਟ ਬਣਦਾ ਜਾ ਰਿਹਾ ਹੁਣ ਅੱਜ ਦੀ ਡੇਢ ਜਗਤ ਦੇਖਿਆ ਜਾਵੇ ਬੱਚਿਆਂ ਨੂੰ ਹਰ ਇੱਕ ਕਲਾਸ ਵਿੱਚ ਕੰਪਿਊਟਰ ਦਿੱਤਾ ਜਾਂਦਾ ਹੈ ਹੁਣ ਸਾਡੇ ਬੇਟੀ ਉਹਦੇ ਕੋਲ ਦੋ ਕੰਪਿਊਟਰ ਹੈ ਕੋਨ ਜਿਹੜਾ ਪ੍ਰਾਇਮਰੀ ਸਕੂਲ ਚ ਮਿਲਿਆ ਸੀਗਾ ਉਹ ਵਾਪਸ ਨਹੀਂ ਲਿਆ ਬਟ ਹਾਈ ਸਕੂਲ ਵਾਲਿਆਂ ਨੇ ਨਵਾਂ ਦਿੱਤਾ ਲੇਕਿਨ ਹੁਣ ਦੋ ਲੈਪਟਾਪ ਨੇ ਡਿਵਾਈਸਸ ਤਾਂ ਉਹਨਾਂ ਦੇ ਕੋਲ ਹੈ ਹੁਣ ਜਿੰਨਾ ਉਹਨਾਂ ਦਾ ਸਾਰਾ ਕੁਝ एवरीथिंग ਇਜ਼ ਗੋਇੰਗ ਔਨ ਡਿਵਾਈਸਸ ਠੀਕ ਹੈ ਨਾ ਤਾਂ ਹੁਣ ਸਾਰਾ ਕੁਝ ਡਿਵਾਈਸ ਦੇ ਤਹਿਤੀ ਜਿਹੜਾ ਉਹਨਾਂ ਦੇ ਕੋਲ ਜਾਂਦਾ ਇਨਫੋਰਮੇਸ਼ਨ ਜਿਹਨੇ ਸਕੂਲ ਦੀ ਸਾਰੀ ਡਿਵਾਈਸਸ ਤੇ ਆਉਂਦੀ ਸੋ ਆਲਰੇਡੀ ਉਹ ਕਨੈਕਟਡ ਹੈਗੇ ਨੇ ਡਿਵਾਈਸਸ ਦੇ ਨਾਲ ਤਾਂ ਜਿਹੜਾ ਸਰਕਲ ਹੈ ਬੱਚਿਆਂ ਦਾ ਉਹ ਵੀ ਉਹੀ ਬਣ ਰਿਹਾ ਤਾਂ ਪਲੱਸ ਜਿਹੜੇ ਗਰੁੱਪਸ ਨੇ ਬੱਚਾਂ ਦੇ ਸਕੂਲਾਂ ਦੇ ਬੱਚਿਆਂ ਦੇ ਗਰੁੱਪਸ ਵੀ ਵਟਸਐਪ ਦੇ ਉੱਤੇ ਬਣ ਰਹੇ ਨੇ ਸੋ ਉਹ ਕਨੈਕਟਡ ਤਾਂ ਹੋ ਰਹੇ ਨੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹਨੂੰ ਹੋਰ ਸੇਫ ਕਿੱਦਾਂ ਕੀਤਾ ਜਾ ਸਕਦਾ ਹੈ ਤਾਂ ਉਹਦੇ ਵਿੱਚ ਇਹ ਹੈਗਾ ਕਿ ਕੁਝ ਨਾ ਕੁਝ ਮਾਪੇ ਇਹਨੂੰ ਕੰਟਰੋਲ ਕਰ ਸਕਦੇ ਹੈ ਕਿ ਜੇ ਦੇਖਣਾ ਪੈਣਾ ਸਮੇਂ ਨੂੰ ਕਿੱਦਾਂ ਕੰਟਰੋਲ ਕਰਦੇ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਸੋਸ਼ਲ ਮੀਡੀਆ ਨੂੰ ਲੈ ਕੇ ਕਿ ਵੀ ਜਿਹੜੀ ਇਹ ਵੀ ਚਿੰਤਾ ਜਾਣ ਕੇ ਮਨ ਲਾਦੇ ਜਿਹੜੀਆਂ ਸਾਰੀਆਂ ਰਿਪੋਰਟਸ ਨੇ ਨਾ ਇੱਕਦਮ ਤੌਣੀਆਂ ਸ਼ੁਰੂ ਹੋਈਆਂ ਪਿਛਲੇ ਕੁਝ ਮਹੀਨਿਆਂ ਤੋਂ ਇਹ ਸਾਰੀ ਇੰਟਰ ਕਨੈਕਟਡ ਹੀ ਨੇ ਕਿ ਜਿਹੜੀਆਂ ਬੱਚਿਆਂ ਨੂੰ ਲੈ ਕੇ ਤਾਂ ਇੱਕ ਸ਼ਾਇਦ ਇਹ ਇੰਡੀਕੇਸ਼ਨ ਵੀ ਹੋ ਸਕਦਾ ਹੈ ਕਿ ਕੋਈ ਨਾ ਕੋਈ ਨਵਾਂ ਲਾਅ ਆਉਣ ਵਾਲਾ ਹੈ ਆਸਟ੍ਰੇਲੀਆ ਦੇ ਕਿਉਂਕਿ ਕਈ ਵਾਰ ਸਰਕਾਰਾਂ ਕੀ ਕਰਦੀ ਇਹਨਾਂ ਨੇ ਇਦਾਂ ਦੀ ਰਿਪੋਰਟਾ ਕੱਢਣ ਤੋਂ ਪਹਿਲਾਂ ਮਾਹੌਲਜਾ ਬਣਾਇਆ ਜਾਂਦਾ ਠੀਕ ਹੈ ਨਾ ਤਾਂ ਸੋਸ਼ਲ ਮੀਡੀਆ ਨੂੰ ਲੈ ਕੇ ਕੋਈ ਨਾ ਕੋਈ ਰਿਪੋਰਟ ਕੱਢਦੀ ਜਾਂ ਬੱਚਿਆਂ ਦੀ ਪੁਲਿਸ ਨੂੰ ਲੈ ਕੇ ਰਿਪੋਰਟ ਕੱਢਦੀ ਸਾਰਾ ਕੁਝ ਤਾਂ ਕਿ ਇੱਕ ਮਾਹੌਲਜਾ ਬਣ ਲੈ ਤਾਂ ਕੱਲ ਨੂੰ ਕੋਈ ਕਾਨੂੰਨ ਅਗਰ ਬਣਾਉਂਦੀ ਹੈ ਗਵਰਨਮੈਂਟ ਤਾਂ ਡੈਫੀਨਿਟਲੀ ਤਾਂ ਉਹਦੀ ਜਿਹੜਾ ਐਕਸੈਪਟੈਂਸ ਜਿਹੜੀ ਹੈ ਈਜ਼ੀਲੀ ਹੋ ਜਾਇਆ ਤਾਂ ਉਹਦਾ ਜਿਹੜਾ ਗਰਾਊਂਡ ਬਣ ਜੇ ਤਾਂ ਮੈਨੂੰ ਲੱਗਦਾ ਵ ਪ੍ਰੋਬਲਮ ਛੋਟੀ ਨਹੀਂ ਹੈਗੀ ਇਟਸ ਅ ਹਿਊਜ ਪ੍ਰੋਬਲਮ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਹਨ ਉਹਨਾਂ ਨੂੰ ਪਤਾ ਹੈ ਕਿ ਵੀ ਕਿਸੇ ਤਰ੍ਹਾਂ ਦੀ ਹੁੰਦੀ ਹੈ ਹਣ ਦੇਖੋ ਅਗਰ ਆਪਣੇ ਸਾਡੇ ਬੱਚੇ ਨੇ ਆਪਣੇ ਜਿਹੜੇ ਸਿੱਖ ਪਰਵਾਨਾ ਬਲੌਂਕ ਕਰਦੇ ਉਹ ਤਾਂ ਡੈਫੀਨਿਟਲੀ ਫਰਸਟ ਟਾਰਗੇਟ ਰਹਿੰਦੇ ਨੇ ਆਪਣੀ ਦਿਖ ਦੇ ਕਾਰਨ ਰਹਿੰਦੇ ਨੇ ਠੀਕ ਹੈ ਨਾ ਆਪਣੇ ਕਿਉਂਕਿ ਮੁੰਡੇ ਬਾਲ ਹੁੰਦੇ ਨੇ ਪੱਗ ਬੰਨਦੇ ਨੇ ਦਸਤਾਰ ਬੰਨਦੇ ਨੇ ਪਟਕਾ ਬੰਨਦੇ ਨੇ ਜਾਂ ਜਾਂ ਵਾਲ ਨਹੀਂ ਕੱਟਦੇ ਹਨਾ ਕੁੜੀਆਂ ਵੀ ਮੁੰਡੇ ਵੀ ਸੇਮ ਡਿਫਰੈਂਟ ਕਲਚਰ ਆ ਉਹਨਾਂ ਦਾ ਰਹਿਣ ਦਾ ਵਰਤਨ ਦਾ ਜਿਹੜਾ ਤਰੀਕਾ ਆ ਉਹ ਡਿਫਰੈਂਟ ਆ ਸੋ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਜਿਹੜਾ ਟਾਰਗੇਟ ਹੁੰਦਾ ਕਿ ਜੇ ਤੁਸੀਂ ਨਾਰਮਲ ਬੱਚੇ ਵਾਂਗ ਬੀਹੇਵ ਨਹੀਂ ਕਰਦੇ ਤਾ ਉਹ ਬੱਚੇ ਜਿਹੜੇ ਤੁਹਾਨੂੰ ਫਿਰ ਜਿਹੜਾ ਸੈਪਰੇਟ ਕਰਕੇ ਦੇਖਦੇ ਆ ਤੁਹਾਡੇ ਜਿਹੜਾ ਫਰੈਂਡ ਸਰਕਲ ਵੀ ਰੋਸ ਸਾਹ ਦੇ ਨਾਲ ਬਣਦਾ ਸੋ ਇਹ ਚੀਜ਼ਾਂ ਬੜੀਆਂ ਬੜੀਆਂ ਮਾਇਨੇ ਰੱਖਦੀਆਂ ਨੇ ਇਹਦੇ ਨਾਲ ਅੱਗੇ ਗੱਲ ਕੀਤੀ ਜਾਵੇ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਹੀ ਦੌਰ ਜਿਹੜਾ ਹੈਗਾ ਆ ਚੱਲ ਰਿਹਾ ਹੈਗਾ ਨਕਲੀ ਦਵਾਈਆਂ ਰੈਪਲੀਕਾ ਜਿਹੜਾ ਦਵਾਈਆਂ ਦਾ ਹੁਣ ਇਹਦੇ ਤੇ ਜਿਹੜੀ ਹੈਗੀ ਆ ਅੱਜ ਸਰਕਾਰ ਦੀ ਜਿਹੜੀ ਹੈਗੀ ਆ ਗੱਲਬਾਤ ਸਾਹਮਣੇ ਆਈ ਆ ਕਿ ਇਦਾਂ ਦੇ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਬਾਜ਼ ਆ ਜਾਣ ਇਦਾਂ ਦੇ ਕੰਮ ਜਿਹੜੇ ਹੈਗੇ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਣ ਕਿਹੜੀ ਦਵਾਈ ਦੀ ਗੱਲਬਾਤ ਚੱਲ ਰਹੀ ਹੈ ਭਾਜੀ ਇੱਥੇ ਐਕਚੁਅਲੀ ਜਿਹੜੀ ਸਰਕਾਰ ਵੀ ਉਹ ਵੀ ਜਾਗਦੀ ਹੈ ਜਦੋਂ ਕੋਈ ਨਾ ਕੋਈ ਰਿਪੋਰਟ ਆਉਂਦੀ ਹੈ ਹਮ ਤਾਂ ਹੁਣ ABC ਦਾ ਇੱਕ ਬੜਾ ਵਧੀਆ ਪ੍ਰੋਗਰਾਮ ਆਉਂਦਾ ਫੋਰ ਕਾਰਨਰਸ ਹੁਣ ਇਹਨੂੰ ਕਹਿੰਦੇ ਕ੍ਰੈਡੀਬਲ ਮੀਡੀਆ ਹਮ ਕ੍ਰੈਡੀਬਲ মিডিਆ ABC ਨੂੰ ਬੜਾ ਕ੍ਰੈਡੀਬਲ মিডিਆ ਮੰਨਿਆ ਜਾਂਦਾ ਹੈ ਨਾ ਆਪਾਂ ਆਪਣੇ ਤਕਰੀਬਨ ਹਰੇਕ ਪ੍ਰੋਗਰਾਮ 'ਚ ਗੱਲ ਕਰਦੇ ਕਿਸੇ ਨਾ ਕਿਸੇ ABC ਦੀ ਰਿਪੋਰਟ ਦਾ ਆਪਾਂ ਹਵਾਲਾ ਦਿੰਨੇ ਹੁੰਨੇ ਆ ਹੁਣ ABC ਦਾ ਇੱਕ ਪ੍ਰੋਗਰਾਮ ਆਉਂਦਾ ਕ੍ਰੈਡੀਬਲ 4 ਕਾਰਨਰਸ 4 ਕਾਰਨਰਸ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਕਹਾ ਤਾਂ ਹੁਣ ਇਹਨਾਂ ਨੇ ਇੱਕ ਦਵਾਈ ਦੇ ਉੱਤੇ ਕੱਢਿਆ ਉਹਦਾ ਨਾਮ ਹੈ ਉਸ ਓਲੰਪਿਕ ਓਲੰਪਿਕ ਤੇ ਮੰਜੂਰੋ ਤਾਂ ਇਹ ਦਵਾਈਆਂ ਕੀ ਹੈ ਕਿ ਆਸਟ੍ਰੇਲੀਆ ਵਿੱਚ ਇਹਨਾਂ ਦੀ ਜਿਹੜੀ ਪ੍ਰੈਸਕ੍ਰਿਪਸ਼ਨ ਹੈ ਤੁਸੀਂ ਸਿੱਧੀ ਜਾ ਕੇ ਲੈ ਨਹੀਂ ਸਕਦੇ ਫਾਰਮੇਸੀ ਤੋਂ on the counter ਇਹਨਾਂ ਨੂੰ ਪ੍ਰੈਸਕ੍ਰਿਪਸ਼ਨ ਲੈਣੀ ਪੈਂਦੀ ਡਾਕਟਰ ਤੋਂ ਡਾਕਟਰ ਇਹ ਦੋ ਦਵਾਈਆਂ ਪ੍ਰੈਸਕ੍ਰਾਈਬ ਕਰਦੇ ਸਿਰਫ ਡਾਇਬੀਟਿਸ ਦੇ ਨਾਲ ਰਿਲੇਟਡ ਕਿਉਂਕਿ ਡਾਇਬੀਟਿਸ ਦਾ ਕਈ ਰੂਪ ਹੈ ਤੇ ਇਹਦਾ ਇੰਜੈਕਸ਼ਨ ਹੁੰਦਾ ਤੇ ਜਿਹੜਾ ਤੁਹਾਡੇ ਢਿੱਡ 'ਚ ਇੱਥੇ ਲੱਗਦਾ ਇਨਸੂਲਿਨ ਇਨਸੂਲੈਂਟ ਟਾਈਪ ਹੁੰਦਾ ਮਤਲਬ ਇਨਸੂਲੈਂਟ ਨਹੀਂ ਹੈ ਇਟਸ ਲਾਈਕ ਅ ਮੈਡੀਸਿਨ ਜਾਂ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਲਈ ਹੁਣ ਐਕਚੁਅਲ ਜੀ ਦਵਾਈ ਕੰਮ ਇਦਾਂ ਕਰਦੀ ਹੈ ਕਿ ਇਹ ਤੁਹਾਡਾ ਐਪੀਟਾਈਟ ਜਾਂ ਤੁਹਾਡਾ ਬਲੌਕ ਕਰਦੀ ਆ ਤੁਹਾਡਾ ਰੋਕਦੀ ਆ ਤੇ ਜਾਨੀ ਕਿ ਤੁਹਾਡਾ ਤਰ ਖਾਣ ਨੂੰ ਜੀ ਨਹੀਂ ਕਰਦਾ ਉਸ ਤੋਂ ਬਾਅਦ ਹਮ ਤਾਂ ਲੋਕ ਜਿਹੜੇ ਨੇ ਉਹ ਬੜੇ ਕ੍ਰੀਏਟਿਵ ਨੇ ਤਾਂ ਉਹਨਾਂ ਨੇ ਲੱਭਿਆ ਰਾਹ ਕਿ ਬਈ ਕਿਸੇ ਨੇ ਵੀ ਇਹ ਇੱਕਦਮ ਤੋਂ ਦਵਾਈ ਮਸ਼ਹੂਰ ਹੋ ਗਈ weight loss ਦੇ ਲਈ ਹਮ ਤਾਂ ਉਹਨਾਂ ਇਹਦੋਂ ਲੈ ਕੇ ਟਿਕਟੌਕ ਦੇ ਉੱਤੇ ਬੜਾ ਕੁਝ ਹੋ ਗਿਆ ਆਨਲਾਈਨ ਰੀਲਾਂ ਬਣ ਲਾ ਪਈਆਂ ਸਟੋਰੀਜ਼ ਬਣ ਲਾ ਪਈਆਂ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋਣ ਲੱਗੀਆਂ ਚ ਜਨਨੀਆਂ ਜਿਹੜੀਆਂ ਸੀਗੀਆਂ ਉਹ ਸੂਈਆਂ ਦਿਖਾ ਰਹੀਆਂ ਨੇ ਕਿ ਆ ਦੇਖੋ ਮੈਂ ਲਾ ਆ ਮੈਂ 20 ਕਿਲੋ ਭਾਰ ਘਟਾ ਲਿਆ 30 ਘਟੋ ਭਾਰ ਘਟਾ ਲਿਆ ਫੋਟ ਆਉਣ ਲੱਗ ਪਈਆਂ ਆ ਦੇਖੋ ਮੇਰੀ ਜੀਨ ਸੀਗੀ ਮੇਰੇ ਇੰਨਾ ਭਾਰ ਘਟ ਗਿਆ ਤੋ ਡਿਮਾਂਡ ਬਹੁਤ ਵਧ ਗਈ ਦੀ ਵਜ੍ਹਾ ਤੇ ਹਮ ਤਾਂ ਲੋਕੀ ਦਵਾਈ ਬਣੀ ਕਹਿੰਦੇ ਨੇ ਇਹ ਡਾਇਬਟੀਸ ਲਈ ਪਰ ਇਹ ਤੋਂ ਤਾਂ ਚੱਲਣ ਲੱਗੀ weight loss ਦੇ ਲਈ ਔਰ ਕਿਉਂਕਿ ਕਹਿੰਦੇ ਵੀ ਇਹਦੇ ਇਮੀਡੀਏਟ ਰਿਜ਼ਲਟ ਆਉਂਦੇ ਨੇ ਤਾਂ ਡੈਫੀਨਿਟਲੀ ਤੁਹਾਨੂੰ ਪਤਾ ਆਸਟ੍ਰੇਲੀਆ ਇਜ਼ ਵਨ ਆਫ ਦਾ ਓਬੀਸ ਕੰਟਰੀ ਯਾਨੀ ਕਿ ਮੋਟਾਪੇ ਲਈ ਜਾਣਿਆ ਜਾਂਦਾ ਜਾਣਿਆ ਜਾਂਦਾ ਔਰ ਇੱਥੇ ਬਹੁਤ ਕਾਮਨ ਹੈ ਜਿਹੜਾ ਮੋਟਾਪਾ ਆ ਤਾਂ ਹਰ ਕੋਈ ਚਾਹੁੰਦਾ ਵੇਟ ਲਾਸ ਔਰ ਵੇਟ ਲਾਸ ਇਜ਼ ਵਨ ਆਫ ਦਾ ਹਿਊਜ ਮਾਰਕੀਟ ਥੀਸ ਡੇਸ ਹਮ ਇੱਡੀ ਵੱਡੀ ਮਾਰਕੀਟ ਹੈ ਕਿ ਤੁਸੀਂ ਅੱਜ ਦੀ ਡੇਟ 'ਚ ਆਨਲਾਈਨ ਜਾਓ ਹਰ ਕੋਈ ਵੇਟ ਡਰਾਸ ਨੂੰ ਲੈ ਕੇ ਪ੍ਰੋਗਰਾਮ ਜਿਹੜੇ ਨੇ ਉਹ ਕਰ ਰਿਹਾ ਤੁਹਾਨੂੰ ਦਵਾਈਆਂ ਮਿਲ ਰਹੀਆਂ ਨੇ ਐਕਸਰਸਾਈਜ਼ ਦਾ ਮਕਸਦ ਜਿਹੜਾ ਹੈਗਾ ਆਨਲਾਈਨ ਵਾਲਾ ਉਹ ਬਸ ਦਵਾਈ ਵੇਚਣ ਵਾਲੇ ਹੀ ਹੁੰਦੇ ਹਾਂ ਹਾਂ ਮਤਲਬ ਕਈ ਪिल्स ਆਉਂਦੀਆਂ ਨੇ ਕਈ ਕੁਛ ਹੈ ਨਾ ਤੁਸੀਂ ਫਾਰਮੇਸੀ ਤੇ ਵੀ ਚੱਲ ਜਾਓ ਹਰ ਕੋਈ ਕਲੇਮ ਕਰਦਾ ਹੈ ਚੀਜ਼ਾਂ ਨੂੰ ਲੈ ਕੇ ਤਾਂ ਲੋਕਾਂ ਨੂੰ ਸੌਖਾ ਰਾਹ ਚਾਹੀਦਾ ਕਿ ਭਈ ਸਾਨੂੰ ਮਿਹਨਤ ਨਾ ਕਰਨੀ ਪਵੇ ਕਿਉਂਕਿ ਜਿਹੜੇ ਐਕਸਪਰਟਸ ਨੇ weight loss ਦੇ ਕਰਨ ਵਾਲੇ ਮੈਂ ਆਪ ਆਪਣੀ ਲਾਈਫ ਚ ਜਿਸ ਨੂੰ ਐਕਸਪੀਰੀਅੰਸ ਕੀਤਾ ਕਿ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਬਹੁਤ ਕੁਝ ਹੈ ਇੱਕ ਇੱਕ ਤਰੀਕੇ ਨਾਲ ਤਪੱਸਿਆ ਜੀ ਆ ਆਪਾਂ ਇਹਨੂੰ ਕਹਿ ਦਈਏ ਹੁਣ ਉਹਦੇ ਲਈ ਤੁਹਾਨੂੰ ਬਹੁਤ ਮੋਟੀਵੇਸ਼ਨ ਚਾਹੀਦਾ ਹਾਰਡ ਪਾਰਟ ਹੈ ਬਹੁਤ ਹਾਰਡ ਆ ਹੈਨਾ ਤਾਂ ਉਹਦੇ ਜਾਣਾ ਨਹੀਂ ਚਾਹੁੰਦੇ ਉਹ ਕਹਿੰਦੇ ਵੀ ਇੱਕ ਗੋਲੀ ਮਿਲ ਜੇ ਇੱਕ ਟੀਕਾ ਮਿਲ ਜੇ ਲਾ ਕੇ ਸਾਡਾ ਕੰਮ ਹੋ ਜੇ ਠੀਕ ਹੈ ਨਾ ਉਹ ਲੋਕਾਂ ਨੂੰ ਲੱਗ ਗਿਆ ਰਾ ਦੁਨੀਆ ਉਹਦੇ ਨਾਲੋਂ ਤੁਰਪੀ ਦਵਾਈ ਦੀ ਸ਼ਾਰਟੇਜ ਹੋ ਗਈ ਆਸਟ੍ਰੇਲੀਆ ਵਿੱਚ ਜਿਹੜੇ ਡਾਇਬੀਟੀਜ਼ ਵਾਲੇ ਨੂੰ ਉਹਨਾਂ ਨੂੰ ਨਹੀਂ ਦਵਾਈ ਮਿਲ ਰਹੀ ਤਾਂ ਜਦੋਂ ਇਨਵੈਸਟੀਗੇਸ਼ਨ ਜਰਨਲਿਜ਼ਮ ਇਹਨਾਂ ਨੇ ਕੀਤਾ ਇਹਨਾਂ ਨੇ ਲੱਭਿਆ ਕਿ ਇਸ ਕਾਰਨ ਇਹਦੀ ਦਵਾਈ ਦੀ ਸ਼ਾਰਟੇਜ ਹੋਈ ਪਈ ਹੈ ਔਰ ਇਸ ਕਰਕੇ ਇੱਕ ਜਿਹੜੀ ਕੰਪਨੀ ਹੈ ਆਸਟ੍ਰੇਲੀਅਨ ਕੰਪਾਉਂਡਿੰਗ ਫਾਰਮੇਸੀ ਫਾਰਮੇਸੀ ਉਹ ਇਹਦੀ ਇੱਕ ਰੈਪਲੀਕਾ ਦਵਾਈ ਬਣਾ ਰਹੀ ਆ ਯਾਨੀ ਕਿ ਐਕਚੁਅਲ ਜਿਹੜੀ ਦਵਾਈ ਆ ਉਹਦਾ ਰੂਪ ਜਿਹੜਾ ਆ ਦਵਾਈ ਦਾ ਬਟ ਇਹ ਵੀ ਲੱਭੇ ਕੋ ਇਲੀਗਲ ਕੰਮ ਨਹੀਂ ਕਰ ਰਹੀ ਇਲੀਗਲ ਕੰਮ ਇਸ ਕਰਕੇ ਨਹੀਂ ਕਰ ਰਹੀ ਕਿਉਂਕਿ ਆਸਟ੍ਰੇਲੀਆ ਦੇ ਇੱਕ ਕਾਨੂੰਨ ਆ ਕਿ ਜਿਹੜਾ ਐਗਜ਼ੈਂਪਸ਼ਨ ਦਿੰਦਾ ਆ ਹਮ ਆਸਟ੍ਰੇਲੀਆ ਦੇ ਜਿਹੜੇ ਲਾਜ਼ ਹੈਗੇ ਨੇ ਫਾਰਮੈਸਟੀਕਲ ਲਾ ਜਿਹੜੇ ਆ ਉਹਦੇ ਵਿੱਚ ਇੱਕ ਐਗਜ਼ੈਂਪਸ਼ਨ ਮਿਲਦੀ ਆ ਕੁਝ ਦਵਾਈਆਂ ਨੂੰ ਜਦ ਵਿੱਚ ਇਹ ਦਵਾਈ ਸੀਗੀ ਕਿ ਜੇ ਇਹਨਾਂ ਦੀ ਸ਼ਾਰਟੇਜ ਹੋਵੇ ਤਾਂ ਆਸਟ੍ਰੇਲੀਆ ਵਿੱਚ ਉਹਦੀ ਜਿਹੜੀ ਰੈਪਲੀਕਾ ਜਿਹੜੀ ਹੈ ਰੈਪਲੀਕਾ ਨਹੀਂ ਜਦੋਂ ਕਿ ਆਸਟ੍ਰੇਲੀਆ ਵਿੱਚ ਉਹਦੀ ਰੀਪਰੋਡਿਊਸ ਜਿਹੜਾ ਬ੍ਰਾਂਡ ਨੇਮ ਜਿਹੜਾ ਡਰਗ ਆ ਰੀਪਰੋਡਿਊਸ ਕੀਤਾ ਜਾ ਸਕਦਾ ਹੈ ਤਾਂ ਉਹ ਇਵਨ ਕਿ ਰੈਪਲੀਕਾ ਜਿਹੜਾ ਸ਼ਬਦ ਆ ਉਹ ਇਲੀਗਲ ਆ ਬਟ ਉਹਨੂੰ ਕਹਿੰਦੇ ਸੀ ਕਿ ਰੀਪਰੋਡਿਊਸ ਕਰ ਸਕਦੇ ਹੋ ਸੇਮ ਡਰਗ ਨੂੰ ਤਾਂ ਜਿਹੜੀ ਆਸਟ੍ਰੇਲੀਆ ਦੀ ਆ ਕੰਪਨੀ ਸੀਗੀ ਹਨਾ ਇਹ ਇਹਨੂੰ ਉਸ ਐਗਜ਼ੈਂਪਸ਼ਨ ਦੇ ਤਹਿਤ ਇਹਨੂੰ ਬਣਾ ਰਹੀ ਸੀ ਦੀ ਰੈਪਲੀਕਾ ਬਣਾ ਰਹੀ ਸੀ ਔਰ ਦਵਾਈ ਧੜਾ ਧੜਾ ਜੜੀ ਵੇਚ ਰਹੀ ਸੀ ਤਾਂ ਉਹਦੀ ਜਿਹੜੇ ਸਾਈਡ ਇਫੈਕਟਸ ਬਹੁਤ ਆਉਣ ਲੱਗ ਪਏ ਪ੍ਰੋਬਲਮਸ ਆਉਣ ਲੱਗ ਪਈਆਂ ਤਾਂ ਉੱਤੇ ਪ੍ਰੋਪਰ ਜਿਹੜੀ ਫੋਰ ਕਾਰਨਰਸ ਨੇ ਰਿਪੋਰਟ ਕੀਤੀ ਹੈ ਬੜੀ ਇੰਟਰਸਟਿੰਗ ਰਿਪੋਰਟ ਹੈ ਆਪਾਂ ਲਿੰਕ ਵੀ ਪਾ ਦਾਂਗੇ ਇਹਦੇ ਵਿੱਚ ਬਾਇ ਦੇ ਵਿੱਚ ਤਾਂ ਲੋਕ ਜਾ ਕੇ ਉਹ ਰਿਪੋਰਟ ਨੂੰ ਦੇਖ ਸਕਦੇ ਆ ਉਸ ਤੋਂ ਬਾਅਦ ਹੁਣ ਸਰਕਾਰ ਜਾਬੀ ਹੈ ਜਿਹੜੇ ਹੈਲਥ ਮਨਿਸਟਰ ਨੇ ਮਾਰਕ ਬਟਲਰ ਉਹਨੇ ਅਨਾਉਂਸ ਕੀਤਾ ਹੈ ਕਿ ਅਕਤੂਬਰ ਦੇ ਵਿੱਚ ਇਹ ਦਵਾਈ ਨੂੰ ਉਸ ਐਗਜ਼ੈਂਪਸ਼ਨ ਚ ਕੱਢ ਦਿੱਤਾ ਜਾਊਗਾ ਉਹ ਜਿਹੜੀ ਦਵਾਈ ਨੂੰ ਬਣਾਉਣ ਦਾ ਯਾਨੀ ਕਿ ਬ੍ਰਾਂਡ ਨੂੰ ਰੀਪਰੋਡਿਊਸ ਕਰਨ ਦਾ ਜਿਹੜਾ ਹੈਗਾ ਆ ਇਸ ਦਵਾਈ ਨੂੰ ਉਹਦੇ ਵਿੱਚੋਂ ਜਿਹੜਾ ਕੱਢ ਦਿੱਤਾ ਜਾਊਗਾ ਅਕਤੂਬਰ ਤੋਂ ਪਾਣੀ ਦੇਰ ਜਾਂ ਬੰਦ ਜਾ ਕੇ ਕੱਢਣਾ ਉਹ ਤੋਂ ਪਹਿਲਾਂ ਹਜੇ ਹੋਰ ਬਿਮਾਰ ਹੋ ਜਾਣ ਲੋਕ ਚਲੋ ਜੋ ਵੀ ਉਹਨਾਂ ਨੇ ਆਪਣਾ ਪ੍ਰੋਸੈਸ ਹੁੰਦਾ ਭਾਈ ਉਹਨਾਂ ਦਾ ਕੱਢਣ ਲਈ ਵੀ ਅਗਲੇ ਨੇ ਕਹਿ ਦਿੱਤਾ ਕਿ ਜਿਹੜਾ ਵੱਡੇ ਵੀ ਦੇਖੋ ਨਾ ਮੀਡੀਆ ਰਿਪੋਰਟ ਤਾਉਣ ਤੋਂ ਬਾਅਦ ਉਹਨੇ ਕਰਤਾ ਵਿਚ ਇਜ਼ ਅ ਪੋਜ਼ਿਟਿਵ ਸਟੈਪ ਕਿ ਬਈ ਚੀਜ਼ਾਂ ਨੂੰ ਲੈ ਕੇ ਬਟ ਇਹ ਦੇਖਣ ਵਾਲੀ ਗੱਲ ਹੈ ਕਿ ਲੋਕ ਵੀ ਭੇਡ ਚਾਲ ਨੂੰ ਕਿਵੇਂ ਇੱਕ ਦਵਾਈ ਦੇ ਪਿੱਛੇ ਪੈ ਜਾਂਦੇ ਕਿ ਵੀ ਇਹ ਭਾਰ ਘਟਾਉਗੀ ਤਾਂ ਮੈਂ ਹੈਰਾਨ ਹੋ ਗਿਆ ਜਦੋਂ ਵੀਡੀਓ ਜਦੋਂ ਪੂਰੀ ਰਿਪੋਰਟ ਦੇਖੀ ਉਹ ਫੋਰ ਕਾਰਨਸ ਵਾਲੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਉਹ ਮਤਲਬ ਪੂਰਾ ਐਡਵਰਟਾਈਜ਼ ਕੀਤਾ ਜਾ ਰਿਹਾ ਹੁਣ ਦੇਖੋ ਇਹ ਵੀ ਨਹੀਂ ਪਤਾ ਸਾਨੂੰ ਕਿ পেইਡ ਐਡਵਰਟਾਈਜ਼ਮੈਂਟ ਹੈ ਕਿਉਂਕਿ ਆ ਆਪਾਂ ਥੋੜੇ ਦਿਨ ਪਹਿਲਾਂ ਟਿਕਟੌਕ ਤੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਦੀ ਗੱਲ ਕਰ ਰਹੇ ਸੀਗੇ ਕਿ ਭਈ ਉਹ ਹੁੰਦਾ ਕਿ ਉਹ ਹਜ਼ਾਰਾ ਡਾਲਰ ਦੇ ਕੇ ਤਾਂ ਤੁਹਾਡੇ ਤੋਂ ਐਡ ਕਰਵਾਈ ਜਾਂਦੀ ਹੈ ਅਸਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੰਦਾਂ ਦੇ ਬੜੇ ਜਿਹੜੀਆਂ ਹੈਗੀਆਂ ਭਰਮਾਰ ਪਈ ਹੈਗੀ ਆ ਭਾਰ ਘਟਾ ਕੀਗਾ ਪ੍ਰੋਡਕਟ ਵੇਚਣ ਵਾਲੇ ਆ ਦੇਖੋ ਜੀ ਫਲਾਣੀ ਚੀਜ਼ ਹੈਗੀ ਇਹ ਇਹ ਆ ਗਈ ਹੈਗੀ ਆ ਭੈਣੋ ਇਹ ਖਰੀਦ ਲਓ ਤੁਸੀਂ ਇਹ ਤੁਸੀਂ ਖਾਓਗੇ ਤੁਹਾਡਾ weight lose ਹੋ ਜਾਣਾ ਹੈਗਾ ਆ ਜਿਮ ਜਾਣ ਵਾਸਤੇ ਟਾਈਮ ਨਹੀਂ ਹੈਗਾ ਲੋਕ ਚਾਹੁੰਦੇ ਕਿ ਈਜ਼ੀ ਜਿਹੜਾ ਹੈਗਾ ਆ ਉਹ ਕੰਮ ਹੋ ਜੇ ਤੇ ਉਹ ਫਿਰ ਜਦੋਂ ਤੁਸੀਂ ਕਿਹਾ ਕਿ ਪਿਲ ਖਾ ਕੇ ਸੋਚਦੇ ਆ ਵੀ ਸਾਡਾ ਭਾਰ ਘਟ ਜੂਗਾ ਭਾਰ ਤਾਂ ਕੀ ਘਟਣਾ ਉਹਦੇ ਨਾਲ ਹੋਰ ਹੀ ਕੁਝ ਘਟ ਜਾਂਦਾ ਹਾਂਜੀ ਉਹਦੇ ਨਾਲ ਕਾਫੀ ਜਿਹੜੀ ਇਸ ਤਰ੍ਹਾਂ ਦੇ ਨਾਲ ਵੀ ਕਿਉਂਕਿ ਦੇਖੋ ਇਹ ਡਾਇਬਟੀਜ਼ ਦੇ ਲਈ ਹੁਣ ਬਟ ਠੀਕ ਹੈ ਜਿਹੜੀ ਦਵਾਈ ਆ ਕੋਈ ਨਾ ਕੋਈ ਹੋਰ ਅਸਰ ਵੀ ਕਰਦੀ ਆ ਤਾਂ ਉਹਨਾਂ ਨੇ ਇਹ ਲੱਭ ਲੈ ਕਿ ਇਹਦਾ ਜਿਹੜਾ ਦਵਾਈ ਦਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਕਿ ਇਹ ਤੁਹਾਡੀ ਬਲੌਕਸ ਕਰਦੀ ਹੈ ਜਿਹੜੀ ਤੁਹਾਡੀ ਐਪੀਟਾਈਟ ਹੈਗਾ ਆ ਉਹਨੂੰ ਹਨਾ ਯਾਨੀ ਕਿ ਤੁਹਾਡੀ ਜਿਹੜੀ ਭੁੱਖ ਲੱਗਦੀ ਆ ਉਹਨੂੰ ਰੋਕਦੀ ਆ ਕਿਉਂਕਿ ਡਾਇਬੀਟਿਸ ਵੀ ਕਈ ਤਰ੍ਹਾਂ ਦੀ ਹੈ ਨਾ ਕਿਸ ਤਰੀਕੇ ਦੇ ਨਾਲ ਕਹਦਾ ਸਰੀਰ ਕੰਮ ਕਰਦਾ ਆ ਤਾਂ ਵਰਕਆਊਟ ਹੁੰਦਾ ਤਾਂ ਉਹਨੂੰ ਉਦਾਂ ਦੀ ਦਵਾਈ ਦਿੰਦੇ ਆ ਉਹ ਦਰਸ਼ਕ ਜਿਹੜੇ ਦੇਖ ਰਹੇ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਨਫਲੂਐਂਸਰ ਜਿਹੜੇ ਬੈਠੇ ਹੈਗੇ ਨੇ ਜਾਂ ਚੀਜ਼ਾਂ ਵੇਚਦੇ ਹੈਗੇ ਆ ਇਹਨਾਂ ਤੋਂ ਚੀਜ਼ਾਂ ਖਰੀਦਣ ਤੋਂ ਪਹਿਲਾਂ ਥੋੜੀ ਜਿਹੜੀ ਹੈਗੀ ਆ ਆਪ ਦੀ ਸਰਚ ਜ਼ਰੂਰ ਕਰਿਆ ਕਰੋ ਮਿਹਨਤ ਕਰਨ ਦੇ ਨਾਲ ਜਿਹੜਾ ਹੈਗਾ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਇਹ ਸ਼ਾਰਟਕਟ ਵਾਲੇ ਜਿਹੜੇ ਹੈਗੇ ਨੇ ਇਹ ਐਡਵਰਟਾਈਜ਼ਮੈਂਟ ਕਰਨ ਵਾਲੇ ਜਿਹੜੇ ਲੋਕ ਹੈਗੇ ਨੇ ਇਹ ਲੋਕਾਂ ਦੀ ਜਾਨ ਜਿਹੜੀ ਹੈਗੀ ਖਤਰੇ 'ਚ ਪਾਉਂਦੇ ਹੈਗੇ। ਹਾਂਜੀ ਜੇ ਇੱਕ ਆਪਣੀ ਕਮਿਊਨਿਟੀ ਦੇ ਵਿੱਚ ਨਾ ਇੱਕ ਨਵੀਂ ਚੀਜ਼ ਖੋਰ ਚੱਲੀ ਹੋਈ ਨਵੀਂ ਚੀਜ਼ ਨਹੀਂ ਹੈਗੀ ਇੱਕ ਹੈਲਥ ਪ੍ਰੋਡਕਟਸ ਬਹੁਤ ਮਸ਼ਹੂਰ ਹੋਏ ਪਏ ਨੇ। ਹੂੰ ਉਹ ਵੀ ਬੜਾ ਮਸ਼ਹੂਰ ਹੈ ਕਿ ਟਿਕਟੌਕ ਤੇ ਗਰੁੱਪਸ ਬਣੇ ਨੇ, WhatsApp ਤੇ ਗਰੁੱਪ ਬਣੇ ਨੇ, ਟਿਕਟੌਕ ਤੇ ਕਈ ਬੀਬੀਆਂ ਖਾਸ ਤੌਰ 'ਤੇ ਬੜੀਆਂ ਮਸ਼ਹੂਰ ਹੈ ਜਿਹੜੀਆਂ ਬੀਬੀਆਂ ਨਾਲ ਜ਼ਿਆਦਾ ਮਸ਼ਹੂਰ ਹੈ। ਮਸ਼ਹੂਰ ਨਹੀਂ ਬੀਬੀਆਂ ਵਾਲੀਆਂ ਵਿੱਚ ਵੀਡੀਓ ਬਣਾਉਂਦੇ ਨੇ ਉਹ بڑے ਮਤਲਬ ਫੈਸ਼ਨ ਤਰੀਕੇ ਦੇ ਨਾਲ ਵੀਡੀਓ ਬਣਾਉਂਦੇ ਨੇ ਕਿ ਵੀ ਸਾਡਾ ਪ੍ਰੋਡਕਟ ਖਾ ਕੇ ਜਿਹੜਾ ਤੁਹਾਡਾ ਭਾਰ ਹੈ ਉਹ ਕਟੂਗਾ ਉਹਨੂੰ ਹੈਲਥ ਕਈ ਕੁਝ ਕਹਿੰਦੇ ਹਨਾ ਸਾਨੂੰ ਨਹੀਂ ਪਤਾ ਵੀ ਉਹ ਜੈਨੂਇਨ ਹੈ ਕੀ ਆ ਬਟ ਮੋਸਟਲੀ ਜਿਹੜੀ ਰਿਪੋਰਟਸ ਆਉਂਦੀਆਂ ਨੇ ਕਿ ਵੀ ਦੇਖੋ ਕੋਈ ਵੀ ਪ੍ਰੋਡਕਟ ਖਾ ਕੇ ਤੁਹਾਡਾ ਭਾਰ ਜਿਹੜਾ ਹੈ ਨਾ ਨੇਚਰਲ ਤਰੀਕੇ ਨਾਲ ਨਹੀਂ ਘਟੂਗਾ ਉਹਦੀਆਂ ਰਿਪੋਰਟਾਂ ਵੀ ਬਹੁਤ ਆਉਂਦੀਆਂ ਨੇ ਕਿ ਤੁਹਾਡੇ ਨੇਚਰਲ ਡੈਫੀਨਿਟਲੀ ਜਿਹੜੀਆਂ ਜਨਨੀਆਂ ਨੇ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਪ੍ਰੋਬਲਮਾਂ ਆਈਆਂ ਠੀਕ ਹੈ ਨਾ ਉਹਨਾਂ ਦੇ ਸ਼ਰੀਰਕ ਤੌਰ ਦੇ ਉੱਤੇ ਨੇਚਰਲ ਜੋ ਪ੍ਰੋਸੈਸ ਹੁੰਦਾ ਉਹਦੇ ਵਿੱਚ ਕਈ ਤਰ੍ਹਾਂ ਦਨ ਜਦੋਂ ਜਿਹੜਾ ਕਮਰਸ਼ੀਅਲ ਬੰਦਾ ਉਹਨੇ ਵੇਚਣਾ ਆਪਣਾ ਸਮਾਨ ਉਹਨੇ ਵੇਚਣ ਲਈ ਕੋਈ ਨਾ ਕੋਈ ਰਾਹ ਲੱਭਣਾ ਉਹਨੇ ਤੁਹਾਨੂੰ ਚਮਕ-ਦਮਕ ਵੀ ਦਿਖਾਉਣੀ ਹੈ ਕਿ ਵੀ ਆ ਦੇਖੋ ਮੈਂ ਪਹਿਲਾਂ ਇਦਾਂ ਸੀ ਮੈਂ ਇਦਾਂ ਹੋ ਗਿਆ ਉਹ ਚੀਜ਼ਾਂ ਨਾ ਬਟ ਗੱਲ ਹੈ ਕਿ ਵੀ ਜਿਹੜੀ ਚੀਜ਼ ਕੁਇਕ ਕੁਝ ਦਿਨਾਂ ਦੇ ਵਿੱਚ ਫਰਕ ਪਾਵੇ ਉਹ ਨੈਚੁਰਲ ਨਹੀਂ ਹੁੰਦੀ ਉਹ ਫਿਰ ਤੁਸੀਂ ਜਦੋਂ ਛੱਡੋਗੇ ਪ੍ਰੋਡਕਟ ਫਿਰ ਜਿਹੜਾ ਹੈਗਾ ਉਸੇ ਜਗ੍ਹਾ ਤੇ ਤੁਸੀਂ ਜਦੋਂ ਪ੍ਰੋਡਕਟ ਛੱਡੋਗੇ ਉਹ ਤੁਸੀਂ ਫੇਰ ਦੁਬਾਰਾ ਵਾਪਸ ਉੱਥੇ ਆ ਜਾਓਗੇ ਕਿਉਂਕਿ ਤੁਸੀਂ ਉਹਨੂੰ ਨੈਚੁਰਲ ਤਰੀਕੇ ਦੇ ਨਾਲ ਨਹੀਂ ਤੋੜਿਆ ਕਿਉਂਕਿ ਇਹ ਸਾਰਾ ਕੰਮ ਕਰਨਾ ਚਲੋ ਇਹਦੇ ਉਤੇ ਵੱਖਰਾ ਕਿਤੇ ਹੋਰ ਸਮਾਂ ਲੱਗਾ ਤੇ ਗੱਲ ਕਰਾਂਗੇ ਬਟ ਜਦੋਂ ਤੱਕ ਤੁਸੀਂ ਆਪਣਾ ਲਾਈਫਸਟਾਈਲ ਨਹੀਂ ਚੇਂਜ ਕੀਤਾ ਜਾਂ ਆਪਣੇ ਆਪ ਨੂੰ ਨਹੀਂ ਬਦਲਿਆ ਤਾਂ ਜਦੋਂ ਤੁਸੀਂ ਪਿਲ ਸਟਾਪ ਕਰੋਗੇ ਜਾਂ ਜੋ ਵੀ ਦਵਾਈ ਤੁਸੀਂ ਖਾ ਰਹੇ ਹੋ ਜਾਂ ਜੋ ਵੀ ਪਾਊਡਰ ਤੁਸੀਂ ਖਾ ਰਹੇ ਉਹ ਜਿੱਦਾਂ ਹੀ ਸਟਾਪ ਕਰੋਗੇ ਵਾਪਸ ਤੁਸੀਂ ਆਪਣਾ ਜਿਹੜੇ ਵਾਪਸ ਉੱਤੇ ਆ ਜਾਓਗੇ ਇਹਦੇ ਆਣੇ ਅੱਗੇ ਖਬਰ ਸਾਂਝੀ ਕਰਦੇ ਹੈਗੇ ਆ ਖਾਣ ਵਾਲਿਆਂ ਲਈ ਜਿਹੜੇ ਖਾਣ ਪੀਣ ਦੇ ਸ਼ਿਕਾਇਨ ਹੈਗੇ ਨੇ ਅਤੇ ਮੈਕਡੋਨਲ ਵਰਗੇ ਵੱਡੇ ਰੈਸਟੋਰੈਂਟ ਤੇ ਜਾਂਦੇ ਹੈਗੇ ਆ ਖਬਰ ਸਾਹਮਣੇ ਆਈ ਆ ਕਿ ਬ੍ਰਿਸਬੇਨ ਦਾ ਇੱਕ ਜਿਹੜਾ ਹੈਗਾ ਆ ਮੈਕਡੋਨਲ ਉੱਥੇ ਦੇਖਿਆ ਗਿਆ ਕਿ ਇੱਕ ਵਰਕਰ ਜਿਹੜਾ ਉੱਥੇ ਕੰਮ ਕਰਦਾ ਹੈਗਾ ਆ ਉਹਦੇ ਮੈਕਡੋਨਲ ਦੀ ਵਰਦੀ ਪਾਈ ਹੋਈ ਹੈਗੀ ਆ ਤੇ ਠੰਡ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਹੈਗਾ ਆ ਉਹਨਾਂ ਦਾ ਪੋਚਾ ਜਿਹੜਾ ਹੈਗਾ ਆ ਮੋਪ ਜਿਹੜਾ ਹੈਗਾ ਉਹ ਸੁੱਕਿਆ ਨਹੀਂ ਹੈਗਾ ਮੋਪ ਨੂੰ ਸੁਕਾਉਣ ਵਾਸਤੇ ਉਹ ਜਿਹੜਾ ਜਿੱਥੇ ਫਰਾਈਜ਼ ਤਲੀਆਂ ਜਾਂਦੀਆਂ ਉਹਦੇ ਉੱਤੇ ਇੱਕ ਹੀਟਰ ਲੱਗਿਆ ਹੁੰਦਾ ਆ ਉਹਦੇ ਤੱਲੇ ਕਰਕੇ ਜਿਹੜਾ ਹੈ ਪੋਚਾ 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 ਸਖਾਇਆ ਜਾ ਰਿਹਾ ਆ ਤੇ ਜਿਹਨੂੰ ਉੱਥੇ ਆਮ ਲੋਕਾਂ ਦੇ ਵੱਲੋਂ ਫਿਲਮ ਕੀਤਾ ਗਿਆ ਤੇ ਫਿਲਮ ਜਿਹੜੀ ਹੈਗੀ ਆ ਉਹ ਵੀਡੀਓ ਕਲਿੱਪ ਬੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਤੈਨ ਘਮਚਾ ਰਿਹਾ ਆ ਜਿੱਤੇ ਫਰਾਈਜ਼ ਜਿਹੜੀਆਂ ਫਰਾਈਜ਼ ਹੈਗੀਆਂ ਨੇ ਉਹ ਐਕਸਟਰਾ ਲੂਣ ਵਾਲੀਆਂ ਜਿਹੜੀਆਂ ਹੈਗੀਆਂ ਦਿੱਤੀਆਂ ਜਾ ਰਹੀਆਂ ਤੇ ਇਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਸਵੈ-ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਇਹ ਵੀਡੀਓ ਜਿਹੜੀ ਹੈਗੀ ਆ ਲੋਕਲ ਕਾਉਂਸਲ ਦੇ ਨਾਲ ਵੀ ਸ਼ੇਅਰ ਕੀਤੀ ਹੈਗੀ ਆ ਤੇ ਇਹ ਤੋਂ ਬਾਅਦ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਸੇਜ ਹੈਗੇ ਨੇ ਉਹ ਵੀ ਆ ਰਹੇ ਹੈਗੇ ਨੇ ਪਰ ਦੂਜੇ ਪਾਸੇ ਜਦੋਂ ਮੈਕਡੋਨਲਡ ਵਾਲਿਆਂ ਨਾਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਅਸੀਂ ਵਧੀਆ ਟ੍ਰੇਨਿੰਗ ਦੇ ਕੇ ਬੰਦਿਆਂ ਨੂੰ ਰੱਖਿਆ ਹੋਇਆ ਆ ਇਦਾਂ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ ਅਸੀਂ ਜਿਹੜਾ ਹੈਗਾ ਇਹਦੀ ਤਹਿਤਕਾਤ ਕਰਾਂਗੇ ਤੇ ਆਪਣੇ ਜਿਹੜੇ ਵਰਕਰ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਆ ਰੇਂਡ ਕਰਾਂਗੇ ਤਾਂ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰੇ ਸੋ ਜੇ ਇੱਥੇ ਕੋਈ ਛੋਟੀ ਕਾਰੋਬਾਰ ਹੋਵੇ ਤਾਂ ਉਹਦੇ ਪਿੱਛੇ ਜਿਹੜੀਆਂ ਹੈਗੀਆਂ ਕਾਉਂਸਲਾਂ ਵੀ ਪੈ ਜਾਂਦੀਆਂ ਹੈਗੀਆਂ ਆ ਬੰਦ ਹੋ ਜਾਣਾ ਸੀ ਰੈਸਟੋਰੈਂਟ ਭਾਜੀ ਰੈਸਟੋਰੈਂਟ ਵੀ ਬੰਦ ਹੋ ਜਾਣਾ ਸੀਗਾ ਤੇ ਵੱਡੀ ਜਿਹੜੀ ਕਾਰਵਾਈ ਹੈਗੀ ਉਹ ਵੀ ਹੋਣੀ ਸੀਗੀ ਪਰ ਇਹ ਦੇਖ ਲਓ ਮੈਕਡੋਨਲਡ ਵਾਲੇ ਜਿਹੜੇ ਹੈਗੇ ਉਹ ਇੰਨਾ ਹੀ ਸਾਰ ਰਹੇ ਆ ਅਸੀਂ ਹੋਰ ਟ੍ਰੇਨਿੰਗ ਜਿਹੜੀ ਹੈਗੀ ਆ ਆਪਣੇ ਬੰਦਿਆਂ ਨੂੰ ਚਲੋ ਦੇਣੀ ਦਾ ਟ੍ਰੇਨਿੰਗ ਹੀ ਆ ਦੱਸਣਾ ਹੀ ਆ ਪਰ ਕਾ 60 ਜਿਹੜੀ ਹੈਗੀ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਉਹ ਕਰਨੀ ਚਾਹੀਦੀ ਹੈਗੀ ਪਹਿਲਾਂ ਹੀ ਜਿਹੜਾ ਕਿਉਂਕਿ ਇਹ ਤਾਂ ਸਿੱਧਾ ਹੀ ਜਿਹੜਾ ਹੈਗਾ ਪਦਾਰਥ ਫਰਾਈਜ਼ ਦੇ ਉੱਤੇ ਜਾ ਰਿਹਾ ਹੋਊਗਾ ਇਹ ਤਾਂ ਇਹ ਕਹਿਣਾ ਮੈਂ ਨਿਊਜ਼ੀਲੈਂਡ ਦੀ ਵੀ ਗੱਲ ਪੜੀਆਂ ਹੈ ਕਿ ਆ ਪਿਛਲੇ ਦਸੰਬਰ ਨਾ ਫਰਵਰੀ ਦੇ ਵਿੱਚ ਜਿਹੜਾ ਹੈਗਾ ਆ ਨਿਊਜ਼ੀਲੈਂਡ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਆ ਕਿ ਵੂਲ ਵਰਥ ਜਿਹੜਾ ਕਿ ਵੱਡਾ ਬ੍ਰਾਂਡ ਹੈਗਾ ਆ ਉਹਦੇ ਸਟੋਰਾਂ ਦੇ ਵਿੱਚੋਂ 27 ਚੂਹੇ ਜਿਹੜੇ ਹੈਗੇ ਆ ਉਹ ਡੈਲੀ ਅਤੇ ਫਰੂਟ ਏਰੀਆ ਦੇ ਵਿੱਚ ਦੇਖੇ ਦੇਖੇ ਗਏ ਬੇકરી ਏਰੀਆ ਦੇ ਵਿੱਚ ਦੇਖੇ ਗਏ ਜਿਸ ਤੋਂ ਬਾਅਦ ਲੰਬਾ ਸਮਾਂ ਉੱਥੇ ਬੂਲਵਾਰਥ ਜਿਹੜਾ ਹੈਗਾ ਆ ਉਹ ਬੰਦ ਰਿਹਾ ਹੈਗਾ ਆ ਜਦੋਂ ਦੁਬਾਰਾ ਖੋਲਿਆ ਗਿਆ ਤਾਂ ਫੇਰ ਦੁਬਾਰਾ ਜਿਹੜੇ ਚੂਹੇ ਹੈਗੇ ਆ ਉਹਨਾਂ ਨੇ ਉੱਥੇ ਅੰਤ ਤੱਕ ਜਿਹੜਾ ਹੈਗਾ ਮਚਾਇਆ ਹੈਗਾ ਆ ਤੇ ਫੇਰ ਉਹਨੂੰ ਬੰਦ ਰੱਖਣਾ ਪਿਆ ਤੇ ਲੰਬਾ ਟਰੀਟਮੈਂਟ ਫੇਰ ਉੱਥੇ ਕਰਨਾ ਪਿਆ ਸੀਗਾ ਸੋ ਕਈ ਵਾਰੀ ਇਹ ਹੁੰਦਾ ਨਾ ਵੱਡੀਆਂ ਕੰਪਨੀਆਂ ਫੇਰ ਉਸੇ ਤਰੀਕੇ ਨਾਲ ਹੱਸ ਕੇ ਜੇ ਸਾਰ ਦਿੰਦੀਆਂ ਹੈਗੀਆਂ ਤੇ ਇਹਨਾਂ ਦਾ ਕੰਮ ਚੱਲੀ ਜਾਂਦਾ ਹੈਗਾ ਤੇ ਲੋਕਾਂ ਨੂੰ ਜਿਹੜਾ ਹੈਗਾ ਆ ਉਹ ਚੀਜ਼ਾਂ ਉਦਾਂ ਹੀ ਸਰਵ ਕਰਦੇ ਉਹਦੀ ਵੱਡੀ ਖਬਰ ਜਿਹੜੀ ਹੈਗੀ ਬਣੀ ਸੀਗੀ ਚਲੋ ਇੱਥੇ ਤਾਂ ਜੇ ਘਟਨਾਤਾਂ ਦੀ ਉਹ ਵੀ ਫੇਰ ਵੀ ਫੂਡ ਸੇਫਟੀ ਬਹੁਤ ਆ ਹਮਨ ਇੰਡੀਆ ਦਾ ਸਾਨੂੰ ਪਤਾ ਹੀ ਕੀ ਹੁੰਦਾ ਹੈ ਇੰਡੀਆ ਦਾ ਉਹ ਇੰਡੀਆ ਦਾ ਪਦਾਰਥ ਜਿਹੜਾ ਹੈਗਾ ਸਵਾਦ ਨਹੀਂ ਆਉਂਦਾ ਜਦੋਂ ਤੱਕ ਕੋਲਾਤ ਜੇ ਸਵਾਦ ਨਹੀਂ ਆਉਂਦਾ ਜਦ ਤੱਕ ਮਸਾਲਾ ਨਹੀਂ ਲੱਗਦਾ ਹੈਨਾ ਮਸਾਲਾ ਨਹੀਂ ਲੱਗਦਾ ਸੋ ਚਲੋ ਇਹ ਚੀਜ਼ ਹੈਗੀ ਆ ਪਰ ਫੂਡ ਸੇਫਟੀ ਦੇ ਵਿੱਚ ਜਿਹੜੀ ਹੈਲਥ ਐਂਡ ਸੇਫਟੀ ਦੇ ਵਿੱਚ ਜ਼ਰੂਰੀ ਹੈਗੇ ਕਿਉਂਕਿ ਅੱਜ ਕੱਲ ਬਾਹਰਲੇ ਮੁਲਕਾਂ ਦੇ ਲੋਕਾਂ ਦੇ ਜਿਹੜੇ ਲੀਵਰ ਰੂਵਰ ਹੈਗੇ ਨੇ ਅੰਦਰ ਸਿਸਟਮ ਹੈਗਾ ਆ ਉਹ ਬੜਾ ਨਾਜੁਕ ਹੈਗਾ ਜੇ ਮਾਣੀ ਮੋਟੀ ਚੀਜ਼ ਉਧਰ ਉਧਰ ਲੱਗਦੀ ਹੈਗੀ ਆ ਤਾਂ ਉਹ ਖਰਾਬੀ ਬੜੀ ਤੇਜ਼ੀ ਕਰ ਦਿੰਦਾ ਕਿਉਂਕਿ ਇੰਡੀਆ ਦੇ ਵਿੱਚ ਇਹ ਆ ਕਿ ਉਹਨਾਂ ਦੇ ਪਾਚਣ ਸ਼ਕਤੀ ਬੜੀ ਤੇਜ਼ ਆ ਪਾਚਣ ਸ਼ਕਤੀ ਬੜੀ ਉਹ ਪਚਾ ਲੈਂਦੇ ਹੈਗੇ ਸਾਰਾ ਕੁਝ ਹੀ ਚਾਹੇ ਉਹ ਧੂੜ ਹੋਵੇ ਮਿੱਟੀ ਹੋਵੇ ਹਨਾ ਹੁਣ ਕੋਲਟੇ ਗੱਲ ਤੇ ਖਾਂਦੇ ਰਹੇ ਹੈਗੇ ਆ ਰੇੜੀਆਂ ਦੇ ਉੱਤੇ ਹੁਣ ਰੇੜੀ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਢੂੜ ਮਿੱਟੀ ਘੱਟਾ ਜਿਹੜਾ ਹੈਗਾ ਉਹ ਪੈਂਦਾ ਹੈਗਾ ਫਿਰ ਜਿਹੜਾ ਗੋਲ ਕੱਪੇ ਜੇ ਬਣਾ ਕੇ ਦੰਦੇ ਹੈਗੇ ਹੱਥ ਜਿਨਾਂ ਨਾਲ ਰੱਖਦੇ ਉਹ ਤੁਹਾਡੀ ਵਾਲੀ ਕੋਲੀ ਚ ਵੀ ਉਹੀ ਹੁੰਦੇ ਆ ਉਹ ਉਹ ਉੱਥੇ ਚੱਲਦਾ ਹੈਗਾ ਹੈਨਾ ਕਿਉਂਕਿ ਉਸ ਤਰੀਕੇ ਨਾਲ ਸਿਸਟਮ ਹੈਗਾ ਆ ਸੋ ਇਥੇ ਭਾਈ ਜੇ ਕੋਈ ਮੈਕਡੋਨਲਡਰ ਤੇ ਜਾ ਰਿਹਾ ਤਾਂ ਧਿਆਨ ਨਾਲ ਦੇਖ ਰਿਓ ਵੀ ਪੋਚਾ ਨੇੜੇ ਤਾਂ ਨਹੀਂ ਹੈਗਾ ਪੋਚਾ ਦੂਰ ਰੱਖਿਆ ਹੋਇਆ ਹੈ ਸਹੀ ਹੈ ਹੈਨਾ ਤਾਂ ਇੱਕ ਵਾਜੀ ਨਾਲ ਹੀ ਕੰਦੇ ਹੁਣ ਫਰਾਡ ਬਹੁਤ ਹੋ ਰਹੇ ਨੇ ਕਿ ਜਿਹੜੀਆਂ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਦੀ ਤਰਫੋਂ ਏਟੀਓ ਕੇ ਮਾਈਗ੍ਰੇਸ਼ਨ ਨੂੰ ਲੈ ਕੇ ਬੜੀਆਂ ਕੋਲਾ ਆਉਂਦੀਆਂ ਨੇ ਤਾਂ ਹੁਣ ਜਿਹੜਾ ਸੈਂਟਰ ਲਿੰਕ ਆਸਟ੍ਰੇਲੀਆ ਵਿੱਚ ਜਿਹੜਾ ਸਪੋਰਟ ਕਰਦੇ ਆ ਇਹ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਜਿਹੜੇ ਲੋਕਾਂ ਜਿੰਨਾਂ ਆਪਾਂ ਕਹਿੰਦੇ ਕਿ ਵੈਲ ਬੀਇੰਗ ਹੋਗੇ ਹਨਾ ਕਿ ਜਿਹੜੇ ਜਿੰਨਾਂ ਨੂੰ ਜੌਬ ਲਈ ਜਾਂ ਹੋਰ ਚੀਜ਼ਾਂ ਦੇ ਲਈ ਹਰ ਕਈ ਤਰ੍ਹਾਂ ਦੀ ਜਿਹੜੀ ਫੈਮਿਲੀ ਸਪੋਰਟ ਹੈ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਜਿਹੜਾ ਕਰਦਾ ਆ ਹੁਣ ਉਹਨਾਂ ਨੂੰ ਲੈ ਕੇ ਵੀ ਕਈ ਜਿਹੜੇ ਫਰਾਡਸ ਤੇ ਮੈਸੇਜ ਆ ਰਹੇ ਆ ਤਾਂ ਸੈਂਟਰ ਲਿੰਕ ਨੂੰ ਵੀ ਹਾਂ ਇਹਦੇ ਬਚਣਾ ਅੱਜ ਸੈਂਟਰਲ ਲਿੰਕ ਦੇ ਵੱਲੋਂ ਇੱਕ ਚੇਤਾਵਨੀ ਜਿਹੜੀ ਹੈਗੀ ਆ ਵਰਨਿੰਗ ਜਿਹੜੀ ਹੈਗੀ ਆ ਉਹ ਜਾਰੀ ਕੀਤੀ ਹੈਗੀ ਆ ਅਤੇ ਲੋਕਾਂ ਨੂੰ ਕਿਹਾ ਗਿਆ ਹੈਗਾ ਆ ਕਿ ਕੁਝ ਟਾਰਗੇਟ ਜਿਹੜੇ ਹੈਗੇ ਆ ਸਕੈਮਰ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਟਾਰਗੇਟ ਕਰ ਰਹੇ ਹੈਗੇ ਆ ਟਾਰਗੇਟ ਵੱਡੀ ਉਮਰ ਦੇ ਲੋਕਾਂ ਨੂੰ ਕਰ ਰਹੇ ਹੈਗੇ ਆ ਅਤੇ ਲੋਕਾਂ ਨੂੰ ਲਿੰਕ ਭੇਜਿਆ ਜਾ ਰਿਹਾ ਹੈਗਾ ਬੋਨਸ ਪੇਮੈਂਟ 1000 1800 ਡਾਲਰ ਠੀਕ ਹੈ ਜਾਨੀ ਕਿ 1800 ਡਾਲਰ ਦੀ ਜਿਹੜੀ ਪੇਮੈਂਟ ਹੈਗੀ ਆ ਤੁਹਾਡੀ ਆਈ ਹੋਈ ਹੈਗੀ ਆ ਤੇ ਤੁਸੀਂ ਇਹਨੂੰ ਕਲੇਮ ਕਰੋ ਤੇ ਸਰਕਾਰ ਦੇ ਵੱਲੋਂ ਤੁਹਾਨੂੰ ਬਜਟ ਦੇ ਵਿੱਚ ਇਹ ਸਪੈਸ਼ਲ ਜਿਹੜਾ ਹੈਗਾ ਆ ਪੈਸਾ ਦਿੱਤਾ ਜਾ ਰਿਹਾ ਹੈਗਾ ਕੋਈ ਦਿਮਾਗ ਵੀ ਲਾ ਲੋ ਬੰਦਿਆਂ ਦਾ ਉਸ ਸਮੇਂ ਜਿਹੜਾ ਹੈਗਾ ਉਹ ਲਾ ਲੈਂਦੇ ਹੈਗੇ ਆ ਕਿ ਹੁਣ ਬਜਟ ਜਿਹੜਾ ਹੈਗਾ ਪਾਸ ਹੋਇਆ ਹੈਗਾ ਆ ਉਹਦੇ ਵਿੱਚ ਪੇਮੈਂਟ ਜਿਹੜੀ ਹੈਗੀ ਆ ਪਾਸ ਹੋ ਗਈ ਹੈਗੀ ਆ ਅਸੀਂ ਇਹ ਜਿਹੜਾ ਟਰਿਕ ਹੈਗਾ ਇਸ ਮੌਕੇ ਚਲਾਉਣਾ ਹੈਗਾ ਸੋ ਲੋਕਾਂ ਨੂੰ ਈਮੇਲ ਭੇਜੀ ਜਾ ਰਹੀ ਹੈ ਈਮੇਲ ਵੀ ਕਹਿੰਦੇ ਵੀ ਪੂਰਾ ਪ੍ਰੋਪਰ ਉਹੀ ਸੈਂਟਰ ਲਿੰਕ ਦੀ ਜਿਹੜੀ ਦਿਖ ਦੇ ਨਾਲ ਮਿਲਦੀ ਜੁਲਦੀ ਹੈਗੀ ਆ ਪਰ ਇੱਕ ਚੀਜ਼ ਹੋਰ ਵੀ ਹੈਗੀ ਜਿਹੜੇ ਸਰਕਾਰੀ ادارے ਹੈਗੇ ਨੇ ਉਹਨਾਂ ਦੀ ਜਿਹੜੀ ਈਮੇਲ ਹੁੰਦੀ ਆ @therate.gov.au au ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ ਤੇ ਉਹ ਮੈਨੂੰ ਲੱਗਦਾ ਕਿ ਇੱਕੋ ਇੱਕ ਚੀਜ਼ ਜਰੀਆ ਹੈਗਾ ਆ ਵੀ ਜੇ ਕੋਈ ਸਰਕਾਰੀ ਈਮੇਲ ਆਉਂਦੀ ਉਹ ਤੇ ਉਹਨੂੰ ਕੀ ਕਾ ਕੀਤਾ ਜਾਵੇ ਤੇ ਹੁਣ ਇਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਅਸੀਂ ਕੋਈ ਵੀ ਈਮੈਲ ਨਹੀਂ ਕੀਤੀ ਹੈਗੀ ਕੋਈ ਬੋਨਸ ਪੇਮੈਂਟ ਨਹੀਂ ਹੈਗੀ ਅੱਗੇ ਘਾਟੇ ਦੇ ਚੱਲ ਰਿਹਾ ਹੈਗਾ ਸਾਰਾ ਸਿਸਟਮ ਅੱਗੇ ਟੈਕਸ ਕੱਟ ਲਾਏ ਜਾ ਰਹੇ ਹੈਗੇ ਨੇ ਕੋਈ ਬੋਨਸ ਪੇਮੈਂਟ ਨਹੀਂ ਹੈਗੀ ਕੋਈ 1800 ਡਾਲਰ ਨਹੀਂ ਦਿੱਤਾ ਜਾ ਰਿਹਾ ਕੋਈ ਹੋਰ ਪੇਮੈਂਟ ਨਹੀਂ ਦਿੱਤੀ ਜਾ ਰਹੀ ਇਹ ਜਾਲੀ ਲਿੰਕ ਹੈਗੇ ਨੇ ਤੁਹਾਨੂੰ ਭੇਜੇ ਜਾ ਰਹੇ ਨੇ ਇਹਦੇ ਨਾਲ ਤੁਹਾਨੂੰ 1800 ਡਾਲਰ ਤਾਂ ਨਹੀਂ ਮਿਲਣਾ ਹੈਗਾ ਤੁਹਾਡੇ ਜੇਬਾਂ ਦੇ ਵਿੱਚੋਂ ਪੈਸੇ ਜ਼ਰੂਰ ਉਹ ਕੱਢ ਕੇ ਲੈ ਕੇ ਜਾਣਗੇ ਤੇ ਤੁਹਾਨੂੰ ਜਿਹੜਾ ਹੈਗਾ ਆ ਪ੍ਰੇਸ਼ਾਨੀ ਦਾ ਸਵਭਾਅ ਜਿਹੜਾ ਹੈਗਾ ਆ ਇਹ ਲਿੰਕ ਜ਼ਰੂਰ ਬਣਾ ਸਕਦੇ ਸੋ ਜੇਕਰ ਤੁਹਾਨੂੰ ਕੋਈ ਲੱਗਦਾ ਹੈਗਾ ਕਿ ਕੋਈ ਪੇਮੈਂਟ ਆਊਗੀ ਸੈਂਟਰਲ ਲਿੰਕ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਡਾਇਰੈਕਟਲੀ ਜਿਹੜਾ ਹੈਗਾ ਆ ਉਹ ਦੇਖ ਸਕਦੇ ਹੋ ਯਾ ਭਾਵੇਂ ਇੱਕ ਦੇ ਵਿੱਚ ਵੀ ਤੁਹਾਨੂੰ ਕੋਈ ਲੱਗਦਾ ਹੈਗਾ ਕੋਈ ਏਦਾਂ ਦੀ ਚੀਜ਼ ਜਿਹੜੀ ਅ ਸਸਪੀਸ਼ੀਅਸ ਹੋ ਸਕਦੀ ਹੈਗੀ ਆ ਜਾਂ ਫਰਾਡ ਫਰਾਡ ਦੇ ਨਾਲ ਸੰਬੰਧਿਤ ਹੋ ਸਕਦੀ ਹੈ ਤਾਂ ਤੁਸੀਂ ਸੰਬੰਧਿਤ ਵਿਭਾਗ ਦੀ ਜਿਹੜੀ ਵੈਬਸਾਈਟ ਆ ਉਹਨੂੰ ਦੇਖ ਸਕਦੇ ਹੈਗੇ ਉਥੋਂ ਜਾਣਕਾਰੀ ਲੈ ਸਕਦੇ ਹਾਂ ਡਬਲ ਵੈਰੀਫਾਈ ਕਰਕੇ ਜਿਹੜਾ ਹੈਗਾ ਹੈ ਅੱਜ ਕੱਲ ਹਰੇਕ ਚੀਜ਼ ਜਿਹੜੀ ਹੈਗੀ ਆ ਉਹਨੂੰ ਡਬਲ ਵੈਰੀਫਾਈ ਜ਼ਰੂਰ ਕਰੋ ਤਾਂ ਕਿ ਇਥੋਂ ਅਸੀਂ ਆਪਣੀ ਜੇਬ ਤੇ ਉਤੇ ਪੈਣ ਵਾਲੇ ਡਾਕੇ ਨੂੰ ਜਿਹੜਾ ਹੈਗਾ ਆ ਬਚਾ ਸਕੋ ਕਿਉਂਕਿ ਅੱਗੇ ਕੀ ਹੁੰਦਾ ਸੀ ਆ ਅੱਗੇ ਡਾਕਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਪੈਂਦਾ ਹੁੰਦਾ ਸੀ ਹੁਣ ਜੇਬ ਦੇ ਅੰਦਰੋਂ ਹੀ ਡਾਕਾ ਜਿਹੜਾ ਫੋਨ ਦੇ ਥਰੂ ਪੈ ਜਾਂਦਾ ਹੈਗਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਫਿਰ ਉਹ ਹੱਥ ਵੀ ਜਿਹੜਾ ਹੈਗਾ ਤੁਹਾਡੇ ਨਹੀਂ ਪਹੁੰਚਦੇ ਹੈਗੇ ਕਿ ਤੁਸੀਂ ਉਹਨੂੰ ਫੜ ਲਓ ਨਹੀਂ ਬਿਲਕੁਲ ਭਾਈ ਜੀ ਸੋ ਇਹ ਸੀ ਅੱਜ ਦੀਆਂ ਖਬਰਾਂ ਆ ਭਾਜੀ ਤੁਸੀਂ ਸਾਥ ਦਿੱਤਾ ਇਸ ਪ੍ਰੋਗਰਾਮ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ ਧੰਨਵਾਦ। ਤੇ ਹੁਣ ਲਈ ਇਹ ਇਜਾਜ਼ਤ ਕੱਲ ਦੁਬਾਰਾ ਫੇਰ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।